ਜਿਹੜੀਆਂ ਕੁੜੀਆਂ ਤੂੰ ਦਿੱਲੀ ਸ਼ਹਿਰ ਦੀ, ਮੈਂ ਵੀ ਜੱਟ ਲੁਧਿਆਣੇ ਦਾ, ਇਹ ਆ ਲੁਧਿਆਣੇ ਜ਼ਿਲ੍ਹੇ ਦਾ ਜੱਟ, ਅੱਤ ਜਾਫੀ ਮੇਰੇ ਵੀਰੋ ਕਹਿਣ ਵਾਲਾ ਪਾਲ ਕੌਡੀ ਪਾਉਣ ਚੱਲਿਆ ਸਵਰਨਿਆ ਲਓ ਇਹ ਆ ਪਾਲ ਕਹਿੰਦੇ ਵੀ ਕਹਿਣ ਦੀ ਧਰਤੀ ਦਾ ਸੰਤ ਮਹਿੰਦਰ ਸਿੰਘ ਜੀ ਖੰਨੇ ਵਾਲਿਆਂ ਦੀ ਚਰਨ ਸ਼ੋ ਪ੍ਰਭਾ ਧਰਤੀ ਆ ਮੇਰੇ ਵੀਰਿਓ ਲਾ ਤੱਕਾਂਗੇ ਪਾਲ ਦੀ ਪਈ ਹੋਈ ਕਬੱਡੀ ਉਧਰ ਚਾਰ ਯਾਫੀ ਕਾਕਾ ਨਾਲ ਸਤਨਾਮ ਤੇ ਨਾਲ ਗਾਂਧੀ ਮੇਰੇ ਵੀਰਿਓ ਇਸ ਸਮੇਂ ਦੇਖਦਾ ਫੜਿਆ ਹੋਇਆ ਗੇਟਾ ਗੱਲ ਕੁਝ ਵੀ ਹੋ ਸਕਦੀ ਆ ਗੱਲ ਕੁਝ ਵੀ ਹੋ ਸਕਦੀ ਆ ਪਰ ਅੰਕ ਇਸ ਸਮੇਂ ਦੇਖਦੇ ਹੈ ਕਹਿਣ ਵਾਲਾ ਪਾਲ ਅੱਜ ਢੋਡਿਆਂ ਦੀ ਟੀਮ ਦੇ ਵਾਸਤੇ ਜੁੜਦਾ ਹੋਇਆ ਇਧਰੋਂ ਵੀ ਧਨੌਲੇ ਵੱਲੋਂ ਮਾਨ ਕੌਡੀ ਪਾ ਰਿਹਾ ਤੇ ਦੂਜੇ ਪਾਸੇ ਬਿੰਦੂ ਢੋਡਿਆਂ ਵਾਲਿਆ ਦਰਸ਼ਕ ਕਹਿੰਦੇ ਜੱਫਾ ਤੇਰਾ ਵੇਖਣਾ ਇੱਕ ਪਾਸੇ ਢੋਡਿਆਂ ਦਾ ਬਿੰਦੂ ਹੈ ਤੇ ਦੂਜੇ ਪਾਸੇ ਮਾਨ ਧਨੌਲੇ ਵਾਲਾ ਅੰਕ ਆਪਣੀ ਟੀਮ ਨੇ ਜੋੜਦਾ ਹੋਇਆ ਲੈ ਵੀ ਬਿੰਦੂ ਸਾਡੇ ਵੀਰ ਕਮਲ ਰਾਮਪੁਰਾ ਤੇ ਸਾਡੇ ਰਾਮਪੁਰਾ ਉਹਨਾਂ ਵੱਲੋਂ ਸੋਨੀ ਦੇ ਵਾਸਤੇ 200 ਰੁਪਏ ਦੇ ਮਾਨ ਹੈ ਸਾਡੇ ਮੀਤੂ ਲਾਪਰਾ ਵੱਲੋਂ ਵੀ 100 ਰੁਪਇਆ ਸੋਨੀ ਨਹੀਂ ਸਾਡੇ ਵੀਰ ਕਮਲ ਰਾਮਪੁਰਾ ਤੇ ਸਹਿਜ ਰਾਮਪੁਰਾ ਸਾਡੇ ਵੀਰ ਆਖਦਾ ਕਿ ਸੋਨੀ ਜਿੰਨੇ ਵੀ ਜੱਫੇ ਲਾਵੇਗਾ ਹਰੇਕ ਜੱਫੇ ਦੇ ਵਾਸਤੇ 200 ਰੁਪਏ ਦੀ ਮਾਨ ਕੀਤੇ ਜਾਣੇ ਆ ਤੇ ਇਧਰੋਂ ਕਲਸੀਆਂ ਦੀ ਟੀਮ ਜੱਗੇ ਹੋਣੀ ਜਿਹੜੇ ਕਹਿੰਦੇ ਨਿੰਦਰ ਰਾਮ ਬਿੱਟੂ ਦਗਾਲ ਵਾਲਾ ਲੈ ਵੀ ਬਿੱਟੂ ਸਿਆ ਦਰਸ਼ਕਾਂ ਦੀ ਪੂਰੀ ਮੰਗ ਸੀ ਕਿ ਆਪਾਂ ਨੇ ਬਿੱਟੂ ਦਗਾਲ ਵਾਲਾ ਖਿਡਾਉਣਾ ਹੈ ਸਾਡੇ ਪੀਟਰਾਂ ਦੀਆਂ ਯਾਰੀਆਂ ਪਕਾਉਣ ਦੇ ਲਈ ਸਾਡੇ ਬਈ ਮਨੂ ਬਾਣੀ ਉੜੀਆਂ ਦੀਆਂ ਯਾਰੀਆਂ ਪਕਾਉਣ ਦੇ ਲਈ ਰਮਨ ਝੱਜ ਦੇ ਪੂਰੇ ਪੱਕੇ ਸੱਤੇ ਤੇ ਬਿੱਟੂ ਦੁਕਾਲ ਵਾਲਾ ਪੁੱਜਿਆ ਉਹ ਮਾਰਕੀਟ ਕਮੇਟੀ ਦਾ ਮਹਾਨ ਜਾਫੀ ਮੇਰੇ ਵੀਰੋ ਅੱਜ ਵੇਖਾਂਗੇ ਮੁਕਾਬਲਾ ਪੂਰਾ ਸਖਤ ਖੇਡਿਆ ਜਾਣਾ ਕਹਿਣ ਦੀ ਧਰਤੀ ਦਾ ਪਾਲ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧ ਗਿਆ ਤੇ ਦੂਜੇ ਪਾਸੇ ਚਾਰ ਜਾਫੀ ਹੈ ਲੈ ਵੀ ਗਾਂਧੀ ਧਨੌਲੇ ਵਾਲਿਆ ਜੱਫਾ ਤੇਰਾ ਵੇਖਣਾ ਉਹ ਜੱਫਾ ਤੇਰਾ ਵੇਖਣਾ ਗਾਂਧੀਆ ਪਾਲ ਕਹਿੰਦਾ ਰੁਕਣਾ ਨੀ ਪਿੰਡੇ ਨੂੰ ਮਿੱਟੀ ਨੀ ਰਵਾਉਣੀ ਗਾਂਧੀ ਕਹਿੰਦਾ ਰੋਕੂਗਾ ਸੰਧੂਆ ਇੱਕ ਪਾਸੇ ਗਾਂਧੀ ਹੈ ਤੇ ਦੂਜੇ ਪਾਸੇ ਕਹਿਣ ਦੀ ਧਰਤੀ ਦਾ ਪਾਲ ਉਹ ਮੇਰੇ ਵੀਰੋ ਅਗੜਾ ਪਾਲ ਕਹਿਣ ਵਾਲਾ ਆਪਣੀ ਟੀਮ ਨੇ ਜੋੜਦਾ ਹੋਇਆ ਚਲੋ ਯੁਵਾਨਾ ਪਾਕ ਬੜੀ ਸਰਨਿਆ ਸ਼ੇਰ ਕਹਾਣੀ ਤੇਰੇ ਸਾਹਮਣੇ ਆ ਨੌਜਵਾਨ ਇਹ ਮਾਨ ਮੇਰੇ ਵੀਰੋ ਧਨੌਲੇ ਦੀ ਧਰਤੀ ਦਾ ਉਧਰ ਪਵਿੱਤਰ ਪੜੌਦੀ ਵਾਲਾ ਆਪਣੇ ਸਾਥੀ ਖਿਡਾਰੀਆਂ ਦੇ ਲਈ ਗਰਾਊਂਡ ਵਿੱਚ ਪੁੱਜੇਗਾ ਉਹ ਕਿਹੜੀ ਟੀਮ ਦੇ ਲਈ ਖੇਡੇਗਾ ਉਹਨੂੰ ਬੇਨਤੀ ਆ ਵੀ ਕਿਰਪਾ ਕਰਕੇ ਗਰਾਊਂਡ ਦੇ ਲਾਗੇ ਪੁੱਜ ਜਾਵੇ ਲਮਾਨ ਦੀ ਪਈ ਹੋਈ ਕਬੱਡੀ ਆ ਉਧਰ ਕਮਲ ਤੇ ਸਹਿਜ ਵੀਰ ਸਾਡੇ ਰਾਮਪੁਰੇ ਵਾਲੇ ਆਖਦੇ ਆ ਕਿ ਸੋਨੀ ਜਿੰਨੇ ਵੀ ਜੱਫੇ ਲਾਵੇਗਾ 200 ਰੁਪਏ ਦੇ ਮਾਨ ਪਰ ਇੱਧਰ ਦੇਖਦੇ ਆ ਢੋਡਿਆਂ ਵਾਲ ਦੀ ਕੀਤੀ ਹੋਈ ਟਰਾਈ ਮਾਨ ਦੀ ਪਈ ਹੋਈ ਸ਼ਾਨਦਾਰ ਰੇਡ ਅੰਕ ਜਿਹੜਾ ਇਸ ਸਮੇਂ ਧਨੌਲੇ ਦੀ ਟੀਮ ਦੇ ਵਾਸਤੇ ਜੁੜ ਗਿਆ ਤੇ ਆਏ ਮੁੰਡਾ ਮਨੂ ਕਹਿੰਦੇ ਮਕੰਦਪੁਰੀਆ ਆੜਤੀਆਂ ਦੇ ਸਰਾਣੇ ਵਰਗਾ ਸਰੀਰ ਹੈ ਮੁੰਡੇ ਦਾ ਕੌਡੀ ਵੇਖੋ ਤੁਹਾਡੇ ਸਾਹਮਣੇ ਪਾਈ ਹੈ ਬੱਲੇ ਬੱਲੇ ਹੋ ਗਈ ਇੱਕ ਪਾਸੇ ਗਾਂਧੀ ਹੈ ਧਨੌਲੇ ਦੀ ਧਰਤੀ ਦਾ ਅੱਤ ਜਾਫੀ ਹੈ ਤੇ ਦੂਜੇ ਪਾਸੇ ਮਨੂ ਮਕੰਦਪੁਰੀਆ ਇੱਕ ਪਾਸੇ ਗਾਂਧੀ ਮੇਰੇ ਵੀਰਿਓ ਮੁੰਡਾ ਹੱਥਾਂ ਚੋਂ ਤਿੜਕੇ ਹੈ ਅੰਗੜਾ ਮਨੂ ਮਕੰਦਪੁਰੀਆ ਢੋਡਿਆਂ ਦੀ ਟੀਮ ਲਈ ਜੋੜਦਾ ਹੋਇਆ ਲੈ ਵੀ ਸੋਨੀਆ ਤੇਰੇ ਯਾਰਾਂ ਨੇ ਤੇਰੇ ਜੱਫੇ ਦੇ ਪੈਸੇ ਲਾਏ ਨੇ ਫਿਰ ਮਾਨ ਰੱਖ ਉਹਨਾਂ ਦਾ ਇੱਕ ਜੱਫਾ ਲਾ ਇੱਕ ਜੱਫਾ ਲਾ ਸਾਹਮਣੇ ਤੱਕ ਰਿਹਾ ਕਿ ਸੇਵਕ ਕੌਡੀ ਪਾਉਂਦਾ ਇਹ ਆ ਸਵਰਨਿਆ ਢੋਡਿਆਂ ਦੀ ਧਰਤੀ ਦਾ ਸੋਨੀ 20 ਦਿਨ ਪਹਿਲਾਂ ਵਿਆਹ ਦੇ ਬੰਧਨ ਦੇ ਵਿੱਚ ਬੱਧਿਆ ਉਹ ਵੇਖੋ ਲਾਉਂਦਾ ਹੋਇਆ ਜੱਫਾ ਫਿਰ ਦੱਸ ਕਿੰਨਾ ਦੇ ਪੈਸੇ ਹੈ ਸਾਡਾ ਵੀਰ ਕਮਲ ਰਾਮਪੁਰਾ ਤੇ ਸਹਿਜ ਰਾਮਪੁਰਾ ਉਹਨਾਂ ਵੱਲੋਂ ਲੈ ਵੀ ਸੋਨੀ 200 ਰੁਪਏ ਦੇ ਜਿਹੜੇ ਵੱਡੇ ਮਾਨਤਰ ਲਈ ਪੌਦੇ ਕੀਤੇ ਜਾ ਰਹੇ ਹੈ ਵੱਧ ਤੋਂ ਵੱਧ ਧੰਨਵਾਦ ਹੈ ਸਾਡੇ ਵੀਰਾਂ ਦਾ ਕਮਲ ਤੇ ਸੱਜ ਜਾ ਕੇ ਦੇ ਦਿਓ ਜੀ ਸੋਨੀ ਦੇ ਵਾਸਤੇ ਲੈ ਜਿੰਨਾ ਫੜ ਲੈ ਨੌਜਵਾਨਾਂ ਪਾਲ ਕੈਂਡ ਵਾਲਾ ਕੌਡੀ ਪਾ ਰਿਹਾ
ਇੱਕ ਪਾਸੇ ਗਾਂਧੀ ਵਰਗੇ ਚਾਰ ਵਿਆਪੀ ਧਨੌਲੇ ਦੀ ਧਰਤੀ ਜ਼ਿਲ੍ਹਾ ਬਰਨਾਲਾ। ਅੱਜ ਵੇਖਾਂਗੇ ਮੇਰੇ ਵੀਰਿਓ ਕਿਹੜੇ ਨੌਜਵਾਨ ਦੇ ਨਾਲ ਭੇੜ ਹੋਣਾ ਹੈ। ਸਾਹਮਣੇ ਵੇਖਾਂਗੇ ਕੈਨ ਵਾਲਾ ਪਾਲ ਕਬੱਡੀ 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 ਕਰਦਾ ਹੰਦਿਆਂ ਨੂੰ ਪਾਰ ਕਰ ਗਿਆ। ਅੰਕ ਆਪਣੀ ਟੀਮ ਲਈ ਜੋੜਦਾ ਹੋਇਆ ਲੈ ਵੀ ਸਰ ਨੇ ਮਾਨ ਕੌਡੀ ਪਾਉਂਦਾ ਹੈ। ਲਓ ਮਾਨ ਮੇਰੇ ਵੀਰਿਓ, ਕਦੇ ਕਹਿੰਦੇ ਵੀ ਪੰਜਾਬੀ ਗਾਇਕੀ ਦਾ ਬਾਬਾ ਬੋੜ ਗੁਰਦਾਸ ਮਾਨ ਜੀ, ਉਹਨਾਂ ਦੀ ਚਰਚਾ ਕਦੇ ਭਜਨ ਮਾਨ ਗਾਇਕੀ ਵਿੱਚ ਵੱਡੇ ਨਾ। ਜਿਹੜਾ ਗਾਉਂਦਾ ਹੁੰਦਾ ਤੰਗ ਹੋਏ ਦਰਵਾਜ਼ੇ ਨਾਲੇ ਬੰਦ ਹੋਈਆਂ ਬਾਰੀਆਂ, ਭਾਈ ਫੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਬਿਮਾਰੀਆਂ, ਹਰ ਵੇਲੇ ਰਹਿਣ ਰੂਹਾਂ ਖੁੱਡੇ ਵਿੱਚ ਤਾੜੀਆਂ, ਫੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਬਿਮਾਰੀਆਂ, ਉਹ ਏਸੀ ਬਿਨਾ ਗੱਡੀ 'ਚ ਨਾ ਬਹਿੰਦੀਆਂ ਸਵਾਰੀਆਂ, ਭਾਈ ਫੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਬਿਮਾਰੀਆਂ, ਸ਼ਾਮ ਵੇਲੇ ਲੱਗਣ ਸੁਬਾ ਟੁੱਟ ਜਾਣ ਯਾਰੀਆਂ, ਭਾਈ ਫੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਬਿਮਾਰੀਆਂ, ਉਹ ਦਿਨੋ ਦਿਨ ਘਟੀ ਜਾਣ ਪੱਗਾਂ ਨਾਲੇ ਮੁੱਛਾਂ ਤੇ ਦਾੜੀਆਂ, ਮਰਦਾ ਰੇ ਮਾਂਡਾ ਕੌਮਾਂ ਲਾਡ ਨੇ ਵਿਗਾੜੀਆਂ, ਮਰ ਜਾਣੇ ਮਾਨਾ ਕੌਮਾਂ ਲਾਡ ਨੇ ਵਿਗਾੜੀਆਂ। ਸੋ ਇਸ ਮੁਕਾਬਲੇ ਦੇ ਵਿੱਚੋਂ ਮੇਰੇ ਵੀਰਿਓ ਟੀਮ ਜਿਹੜੀ ਟੋਡਿਆਂ ਦੀ ਜਿੱਤ ਗਈ ਆ, ਨੋਟ ਕਰਿਓ ਟੋਡਿਆਂ ਦੇ ਲਈ ਬਿੱਟੂ ਫਤਿਹ ਸਾਂਝੀ ਕਰੀ ਦਰਸ਼ਕਾਂ ਦੇ ਨਾਲ, ਤਾੜੀ ਮਾਰੋ ਦਰਸ਼ਕ ਵੀਰੋ ਬਿੱਟੂ ਦੇ ਨਾਂ ਤੇ ਜ਼ੋਰਦਾਰ। ਇੱਧਰੋਂ ਕਹਿੰਦੇ ਨੇ ਬਾਖੇਡ ਕਬੱਡੀ ਦੇ ਮਹਾਨ ਖਿਡਾਰੀਆਂ ਨਾਲ ਲੈਸ ਅੱਜ ਜੱਸੇ ਜਲਾਲ ਦੀ ਵਾਲੀਆਂ ਨੇ ਟੀਮ ਬਣਾਈ ਹੈ ਸਾਡੇ ਬਾਈ ਮੇਰੇ ਵੀਰਿਓ। ਉਧਰ ਖੇੜੇ ਵੀ ਅੱਜ ਕਾਲਸੀਆ ਦੀ ਟੀਮ ਦੇ ਲਈ ਇੱਕ ਤਾਂ ਕਹਿੰਦੇ ਵੀ ਦੁਨੀਆਂ ਦਾ ਸਟਾਰ ਆਟੋਆਂ ਦਾ ਜੇਤੂ ਖੇਡੇਗਾ, ਤੇ ਨਾਲ ਕਹਿੰਦੇ ਵੀ ਸੋਨੂ ਕੋਟ ਗੰਗੂ ਰਾਏ ਦੀ ਧਰਤੀ ਦਾ ਕਹਿੰਦੇ ਵੀ ਸਰਦਾਰ ਅਵਤਾਰ ਸਿੰਘ ਕੂੰਦਰ ਦਾ ਪੁੱਤ ਮੇਰੇ ਵੀਰਿਓ, ਕਹਿੰਦੇ ਰੌਣੀ ਦੇ ਕਬੱਡੀ ਕੱਪ ਦਾ 3600 ਫੋੜ ਜੇਤੂ ਆ, ਉਹ ਵੀ ਖੇਡ ਮੈਦਾਨ ਦੇ ਵਿੱਚ ਪੁੱਜ ਗਿਆ ਹੈ। ਨਾਲ ਰਾਜਾ ਕਲਸੀਆਂ ਦੀ ਧਰਤੀ ਦਾ ਕਹਿੰਦੇ ਵੀ ਜੱਗੇ ਵਰਗੇ ਰਿੱਕੀ ਵਰਗੇ ਸਾਡੇ ਬਾਬਾ ਚਰਨਜੀਤ ਸਿਓੜੇ ਵਾਲੇ, ਜਿਨ੍ਹਾਂ ਦੇ ਮੇਰੇ ਵੀਰੋ ਵੱਡੇ ਉਦਮ ਸਦਕਾ ਸਾਡੇ ਇਸ ਕਬੱਡੀ ਕੱਪ ਦੇ ਵਿੱਚ ਵੱਡੇ ਉੱਚ ਕੋਟੀ ਦੇ ਖਿਡਾਰੀ ਪੁੱਜੇ ਹੈ। ਸਾਡੇ ਪੀਟਰ ਬਾਣੀ ਰਮਨ ਝੱਜ ਨੇ ਸਵਾਲਿਆਂ ਦਿਨ ਰਾਤ ਇੱਕ ਕੀਤੀ ਹੈ, ਤੇ ਨਾਲੇ ਮਨਿੰਦਰ ਮਨੂਰਾ ਨੇ, ਜਗਤਾਰ ਚੇਅਰਮੈਨ ਸਾਡਾ ਯਾਰਾਂ ਦਾ ਯਾਰ ਹੈ, ਗੁਰਦੀਪ ਖਜ਼ਾਨਾ ਮੰਤਰੀ ਬਈ ਬੜੇ ਨਿੱਘੇ ਸੁਭਾਅ ਦਾ ਮਾਲਕ ਹੈ, ਤੇ ਨਾਲੇ ਬਈ ਜਗਦੀਪ ਜੱਗਾ, ਬਈ ਗੁਰਦੀਪ ਉਰੀ, ਬਈ ਹਰਿੰਦਰ ਦੀਪ ਹਨੀ ਉਰੀ, ਬਈ ਗੁਰਸੇਵਕ ਜੀਵਨ ਉਰੀ, ਬਈ ਸਰਨਜੀਤ ਉਰੀ, ਬਈ ਨਰਿੰਦਰ ਜੀਤ ਉਰੀ, ਬਈ ਇੰਦਰਜੀਤ ਗੋਲਡੀ ਉਰੀ, ਇਹਨਾਂ ਸਾਰੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਮੈਚ ਫੁੱਲਾਂ ਮਾਲ ਦੇ ਨਾਲ ਕਲਸੀਆਂ ਦਾ ਖੇਡਿਆ ਜਾਣਾ ਹੈ, ਦੋਨੋਂ ਟੀਮਾਂ ਅੱਤ ਟੀਮਾਂ। ਹਾਂਜੀ, ਉੱਧਰ ਸੰਧੂ ਆ ਸਾਡਾ ਵੀਰ ਹਨੀ ਝੱਜ ਆਖਦਾ, ਜੋ ਕਿ ਭਰਾ ਹੈ ਸਾਡੇ ਵੀਰ ਪਿੰਡੇ ਝੱਜ ਯੂ ਐਸ ਏ ਦਾ, ਜਿਹਨਾਂ ਦੇ ਅੱਜ ਦੇ ਇਸ ਕਬੱਡੀ ਕੱਪ ਲਈ ਬਹੁਤ ਵੱਡੇ ਸਹਿਯੋਗ ਹੈ ਕਿ ਦੁਗਾਲ ਵਾਲਾ ਨਰਿੰਦਰ ਰਾਮ ਬਿੱਟੂ ਜਿੰਨੇ ਵੀ ਜੱਫੇ ਲਾਵੇਗਾ ਹਰੇਕ ਜੱਫੇ ਦੇ ਵਾਸਤੇ 500 ਦੇ ਵੱਡੇ ਮਾਣ ਸਾਡੇ ਬਾਈ ਹਨੀ ਝੱਜ ਜੀ ਤੇ ਪਿੰਡਾ ਝੱਜ ਯੂ ਐਸ ਏ ਵਾਲੇ ਉਹਨਾਂ ਦੇ ਵੱਲੋਂ ਦਿੱਤੇ ਜਾਣੇ ਆ। ਉੱਧਰ ਕਹਿੰਦੇ ਵੀ ਸਾਡੇ ਵੀਰ ਮਨੂਰਾ ਦਾ ਯਾਰ ਕੁਲਜੀਤ ਖਾਰਕੂ ਪਵੇ ਵਾਲਾ ਲਾਈਵ ਤੱਕ ਰਿਹਾ, ਨਾਲੇ ਕਰਮਜੀਤ ਸਿੰਘ ਜੀ ਕੰਮਾ ਆਸਟ੍ਰੇਲੀਆ, ਜੱਸਾ ਬਾਈ ਆਸਟ੍ਰੇਲੀਆ, ਇਹ ਵੀ ਲਾਈਵ ਜੁੜਿਆ ਸਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਤੇ ਮੁਕਾਬਲਾ ਵੀ ਜਿਹੜਾ ਪੂਰਾ ਅੱਤ ਖੇਡਿਆ ਜਾਣਾ ਮੇਰੇ ਵੀਰਿਓ, ਪੈਸਿਆਂ ਦਾ ਵੀ ਜਿਹੜਾ ਮੀਂਹ ਪੈਣ ਲੱਗਿਆ ਸਵਰਨਿਆ, ਕਿ ਗੱਲ ਖੁੱਲ ਕੇ ਦੱਸ ਦੇਵੋ ਕੋਈ ਦਿਲ ਵਿੱਚ ਰੱਖਿਓ ਨਾ, ਓਏ ਕਿਸੇ ਰੋਂਦੇ ਬੰਦੇ ਨੂੰ ਬਈ ਮਿੱਤਰੋ ਵੇਖ ਕੇ ਅਸੇ ਨਾ, ਨੀਂਦ ਭਰੀ ਨਹੀਂ ਹੁੰਦੀ ਮੈਂ ਕਿਹਾ ਕਦੇ ਵੀ ਚੋਰਾਂ ਦੀ, ਸਤੂਆ ਤੰਦਰੁਸਤੀ ਦਾ ਮੇਲਾ ਆ ਕੌਡੀ ਬਾਢੀ ਜੋਰਾਂ ਦੀ, ਜਿਹੜੇ ਸੁਲਫਾ ਪੀਂਦੇ ਨੇ ਬਈ ਬੂਥੇ ਹੁੱਕੀ ਵਰਗੇ
ਨਸ਼ੇ ਘਰ ਨੂੰ ਪੱਟ ਜਾਂਦੇ। ਦੱਸਾਂ ਮੈਂ ਗੱਲ ਕਰੋੜਾਂ ਦੀ, ਸੰਧੂਆ ਤੰਦਰੁਸਤੀ ਦਾ ਮੇਲਾ ਆ ਕੌਡੀ ਬਾਢੀ ਜੋੜਾਂ ਦੀ। ਸਾਡੇ ਪਿੰਡਾਂ ਯੂਐਸਏ ਦੇ ਹਨੀ ਬਵਾਣੀ ਉਹਨਾਂ ਵੱਲੋਂ 1000 ਰੁਪਇਆ ਜਿਹੜਾ 500 ਰੁਪਇਆ ਸੰਧੂ ਭਰਾਵਾਂ ਲਈ ਵਿਸ਼ੇਸ਼ ਤੌਰ ਤੇ ਮਾਨ ਆਇਆ। ਲੈ ਵੀ ਸੰਧੂਆ ਸਾਡਾ ਵੀਰ ਗੁਰੀ ਕੈਨੇਡਾ ਤੇ ਲੱਖਾ ਆਸਟ੍ਰੇਲੀਆ ਇਹਨਾਂ ਵੱਲੋਂ ਵੀ ਬਿੱਟੂ ਜਿੰਨੇ ਜੱਫੇ ਲਾਵੇਗਾ ਹਰੇਕ ਜੱਫੇ ਲਈ 500 ਤੇ ਪਿੰਡਾਂ ਯੂਐਸਏ ਦੇ ਹਨੀ ਵੱਲੋਂ ਵੀ ਸਵਾਰਿਆ ਬਿੱਟੂ ਦੁਗਾਲੀਆ ਜਿੰਨੇ ਜੱਫੇ ਲਾਊਗਾ 500 ਰੁਪਏ ਦੇ ਮਾਣ ਹੋਣੇ। 1000 ਸੰਧੂ ਭਰਾਵਾਂ ਲਈ ਆਇਆ ਤੇ ਬਿੱਟੂ ਦੁਗਾਲੀਏ ਲਈ ਵੀ 500 ਦੇ ਹਾਸ ਵਾਲੇ ਬਾਜੀ ਬਾਬਾ ਤੋਂ ਧੰਨਵਾਦ ਸਾਡਾ ਵੀਰ ਹਨੀ ਚਾਜੂ ਪਿੰਡਾਂ ਯੂਐਸਏ 1000 ਰੁਪਏ ਦੇ ਵੱਡੇ ਮਾਣ ਸੰਧੂ ਭਰਾਵਾਂ ਦੇ ਲਈ ਬਹੁਤ ਬਹੁਤ ਥੈਂਕ ਯੂ। ਤੇ ਨਾਲ ਕਹਿੰਦੇ ਵੀ ਉੱਧਰ ਸਾਡਾ ਵੀਰ ਲੱਖਾ ਇਟਲੀ ਤੇ ਗੁਰੀ ਕੈਨੇਡਾ ਕਹਿੰਦੇ ਜਿੰਨੇ ਬਿੱਟੂ ਜੱਫੇ ਲਾਵੇਗਾ ਉਹਨਾਂ ਵੱਲ ਵੀ 500 ਰੁਪਇਆ। 1000 ਰੁਪਏ ਦਾ ਬਿੱਟੂ ਇੱਕ ਜੱਫਾ ਹੋਣਾ ਨੌਜਵਾਨ। ਲੈ ਵੀ 1000 ਦਾ ਇੱਕ ਜੱਫਾ ਸਵਰਨੇ ਅੱਜ ਜਿਹੜੇ ਪੈਗ ਸੈਕਲ ਆਉਂਦੇ ਨੇ ਉਹਨਾਂ ਦਾ ਜੀ ਕਰਦਾ ਹੋਣਾ ਕਿ ਜੇ ਆਪਾਂ ਲੈਣ ਤੇ ਖੜੇ ਹੁੰਦੇ 1000 ਦਾ ਜੱਫਾ ਲਾ ਲੈਂਦੇ ਨਾਲੇ ਬੋਤਲ ਸ਼ੋਤਲ ਪੀ ਲੈਂਦੇ ਮੁਰਗਾ ਸ਼ੁਰਗਾ ਖਾ ਲੈਂਦੇ। ਇਹ ਤਾਂ ਜ਼ੋਰ ਤੋਂ ਬਾਰੇ ਆ ਰਹੇ ਨੇ ਕਿ ਦੁੱਧ ਤਾਂ ਪਾਣੀ ਵਿੱਚ ਮਧਾਣੀ ਮਖਣੀ ਕਿੱਥੋਂ ਆਊ ਅਧੀਆ ਪੀ ਕੇ ਖੇਡੂ ਜਿਹੜਾ ਆਪੇ ਲੱਤ ਤੜਵਾਊ। ਅੱਜ ਜਿਹਦੇ ਪੱਟਾਂ ਵਿੱਚ ਜ਼ੋਰ ਹੈ ਸੰਧੂਆ ਬਾਣੀ ਦਾ ਉਹੀਓ ਕੱਪ ਜਿੱਤ ਕੇ ਜਾਊ ਬਾਣੀ ਦਾ ਉਹੀਓ ਕੱਪ ਜਿੱਤ ਕੇ ਜਾਊ। ਸਾਹਮਣੇ 1000 ਦਾ ਜੱਫਾ ਬਾਈ ਬਿੱਟੂ ਦੁਗਾਲ ਦਾ ਤੇ ਇਧਰੋਂ ਵੇਖਾਂਗੇ। ਹਾਂਜੀ ਉਧਰ ਨਾਲੇ ਸਾਡਾ ਵੀਰ ਪੀਟਰ ਬਵਾਣੀ ਤੇ ਰਮਨ ਚਾਜਾ ਆਖਦੇ ਹੈ ਕਿ ਕਲਸੀਆਂ ਵਾਲਾ ਜੋਟੀ ਜਿੰਨੇ ਵੀ ਜੱਫੇ ਲਾਵੇਗਾ ਉਹਦੇ ਲਈ ਵੀ 500 ਦੇ ਮਾਣ ਜਿਹੜੇ ਇਹਨਾਂ ਵੀਰਾਂ ਵੱਲੋਂ ਦਿੱਤੇ ਜਾਣੇ ਹੈ। ਪੀਟਰ ਬਵਾਣੀ ਤੇ ਸਾਡਾ ਵੀਰ ਰਮਨ ਚਾਜੂ ਬਾਈਬਾ ਪੀਟਰ ਬਾਣੀ ਤੇ ਰਮਨ ਝਾਜੁਰਾਂ ਵੱਲੋਂ ਵੀ 500 ਰੁਪਇਆ ਤੇ ਨਾਲੇ ਪਿੰਡਾਂ ਯੂਐਸਏ ਦੇ ਹਨੀ ਬਾਈ ਵੱਲੋਂ ਵੀ 500 ਰੁਪਇਆ ਹਰ ਇੱਕ ਜੱਫੇ ਦਾ ਅਨਿੰਦਰ ਬਿੱਟੂ ਦੇ ਦਾ। ਪਾਓ ਕਬੱਡੀ ਕੀ ਗੱਲ ਹੋ ਗਈ ਹੁਣ ਕਬੱਡੀ ਓਪਨ ਵਿੱਚ ਸਿਰਫ 2 ਖਿਡਾਰੀ ਬਾਹਰਲੇ ਖੇਡਣਗੇ ਸਾਰੀਆਂ ਟੀਮਾਂ ਨੋਟ ਕਰ ਲਿਓ ਕਮੇਟੀ ਦਾ ਫੈਸਲਾ ਹੈ ਪੰਚਾਇਤੀ ਰਾਜ ਸਪੋਰਟਸ ਕਬੱਡੀ ਕਲੱਬ ਦੀ ਸਮੁੱਚੀ ਟੀਮ ਦਾ ਫੈਸਲਾ ਹੈ ਤੇ ਨਾਲੇ ਅਗਲੀਆਂ ਟੀਮਾਂ ਥਾਂਦੇ ਬਾਲ ਤੇ ਦਿੜਬਾ ਏ ਇਹਨਾਂ ਟੀਮਾਂ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਲਾਗੇ ਆ ਜਾਓ ਥਾਂਦੇ ਬਾਲ ਤੇ ਦਿੜਬਾ ਏ ਦੇ ਖਿਡਾਰੀ ਜਿੱਥੇ ਵੀ ਸਾਡੀ ਆਵਾਜ਼ ਸੁਣਦੇ ਹੈ। ਹਾਂਜੀ ਹੁਣ ਕਰਵਾ ਦਿਓ ਸ਼ੁਰੂ ਪਹਿਲਾਂ ਹੀ ਟਾਈਮ ਆਪਣੇ ਲਵੇ ਜਿਹੜਾ ਘੱਟ ਹੈ ਕਿਉਂਕਿ ਮੋਟਰਸਾਈਕਲ ਵੰਡਣੇ ਨੇ ਫਾਈਨਲ ਮੈਚ ਦੇ ਵਿੱਚ ਪੜਾਕੇ ਪੈਣਗੇ ਕਿਹੜਾ ਚਾਬੀਆਂ ਲੈ ਕੇ ਜਾਊਗਾ ਉਹਦਾ ਸਮਾਂ ਦੱਸੂਗਾ। ਉਧਰ ਸਾਡਾ ਵੀਰ ਗੁਰਦੀਪ ਕਾਇਸ਼ੀਅਰ ਉਹਦਾ ਵੀ ਵੱਡਾ ਸਹਿਯੋਗ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡਾ ਵੀਰ ਗੁਰਦੀਪ ਸਿੰਘ ਖਜ਼ਾਨਾ ਮੰਤਰੀ ਆਪਦੇ ਕਬੱਡੀ ਕੱਪ ਲਈ ਵੱਡੇ ਮਾਣ ਕਰਦਾ ਹੈ। ਲਬੜਾ ਤਕੜਾ ਮੈਚ ਨੋਟਾਂ ਦੀ ਕਹਿੰਦੇ ਬਰਸਾਤ ਹੋਣੀ ਹੈ ਜੱਫਿਆਂ ਤੋਂ ਨਰਿੰਦਰ ਰਾਮ ਬਿੱਟੂ ਦੇ ਜੱਫਿਆਂ ਦੇ ਲਈ ਤੇ ਨਾਲ ਇੱਕ ਵੀ ਯੌਂਟੀ ਕਲਸੀਆਂ ਦੇ ਜੱਫਿਆਂ ਦੇ ਲਈ ਵੱਡੇ ਮਾਇਆ ਦੇ ਜਿਹੜੇ ਗੱਫੇ ਦਿੱਤੇ ਜਾਣੇ ਜਿਹੜਾ ਪੂਰਾ ਅੱਤ ਖੇਡਿਆ ਜਾਣਾ ਤੇ ਅਗਲਾ ਮੈਚ ਥਾਂਦੇਵਾਲ ਤੇ ਦਿੜਬਾ ਏ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ। ਨਾਲੇ ਸਾਡਾ ਵੀਰ ਹਰਜੋਤ ਸਿਉੜੇ ਵਾਲਾ ਵੀ ਪੁੱਜਿਆ ਹੈ ਉਹ ਵੀ ਕਿਰਪਾ ਕਰਕੇ ਅਗਲੀ ਹਾਜ਼ਰੀ ਜਿਹੜੀ ਮੈਚ ਤੇ ਲੈ ਕੇ ਆਵੇਗਾ। ਸਾਡਾ ਹਰਜੋਤ ਬਾਈ ਸਿਉੜੇ ਵਾਲਾ ਯਾਰਾਂ ਦਾ ਯਾਰ ਹੈ ਟੀਚਰ ਲੱਗਿਆ ਵੀਰ ਮੇਰੇ ਵੀਰੋ ਵਿਸ਼ੇਸ਼ ਤੌਰ ਤੇ ਉਹ ਹਾਜ਼ਰੀਆਂ ਜਿਹੜੀਆਂ ਅਗਲੀਆਂ ਇਸੇ ਤਰ੍ਹਾਂ ਆਪਾਂ ਨੇ ਲਵਾਈ ਜਾਣੀਆਂ ਨੇ ਤੇ ਗੋਰਾ ਰੱਬੋਂ ਵਾਲਾ ਸਾਡਾ ਛੋਟਾ ਵੀਰ ਕ੍ਰਿਸ਼ਨ ਵਦੇਸਾ ਸਾਡਾ ਓਮ ਕੜਿਆਣੇ ਵਾਲਾ ਬੜੇ ਵਧੀਆ ਬੁਲਾਰੇ ਮੇਰੇ ਵੀਰੋ ਸਾਡੇ ਅੱਜ ਇਸ ਕਬੱਡੀ ਕੱਪ ਦੇ ਪੁੱਜੇ ਨੇ ਧੰਨਵਾਦ ਕਰਦੇ ਹਾਂ। ਨਾਲੇ ਵਿਦੇਸ਼ਾਂ ਵਾਲਾ ਯਾਰ ਕ੍ਰਿਸ਼ਨ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਵੀਰਾਂ ਦਾ। ਲੈ ਵੀ ਮੁਕਾਬਲਾ ਜਿਹੜਾ
ਸ਼ੁਰੂ ਕਰਵਾ ਦਿਓ ਜੀ। ਅਗਲਾ ਮੈਚ ਥਾਂਦੇ ਬਾਲ ਤੇ ਦ੍ਰਿੜਬਾ ਏ, ਇਹਨਾਂ ਟੀਮਾਂ ਦੇ ਵਿਚਕਾਰ ਖੇਡਿਆ ਜਾਣਾ। ਥਾਂਦੇ ਬਾਲ ਤੇ ਦ੍ਰਿੜਬਾ ਏ ਪਹਿਲੀ ਕਬੱਡੀ ਕਹਿੰਦੇ ਇਸ ਮੁਕਾਬਲੇ ਦੀ। ਫੁੱਲਾਂ ਬਾਲ ਦੀ ਟੀਮ ਦੇ ਹਿੱਸੇ ਆਈ ਹੈ, ਇਹ ਮੁੰਡਾ ਭੀਮ ਹੈ ਫੁੱਲਾਂ ਵਾਲੀਆ, ਪਹਿਲੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ। ਪਰਲੀ ਕੰਨੀ ਤੇ ਜੌਂਟੀ ਕਹਿੰਦੇ ਕਲਸੀਆਂ ਵਾਲਾ, ਵਿਚਕਾਰ ਰਾਜਾ ਤੇ ਜੱਗਾ ਲੱਗੇ ਹੋਏ ਹੈ। ਇਧਰੋਂ ਭੀਮ ਦਾ ਬੋਲਿਆ ਹੋਇਆ ਧਾਵਾ ਤੇ ਨਿੰਦਰ, ਇੱਕ ਪਾਸੇ ਕਹਿੰਦੇ ਜੌਂਟੀ ਕਲਸੀਆਂ ਦਾ ਤੇ ਦੂਜੇ ਪਾਸੇ ਬੱਲੇ 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 ਭੀਮ ਮੇਰੇ ਵੀਰੋ ਫੁੱਲਾਂ ਵਾਲੀ ਟੀਮ ਵੱਲੋਂ ਕੌਡੀ ਪਾਉਂਦਾ। ਇੱਕ ਪਾਸੇ ਆਪਤੀ ਆਫੀ ਹੈ ਤੇ ਦੂਜੇ ਪਾਸੇ ਵੀ ਜਨਰੇਟਰ ਭੱਜ ਗਿਆ। ਤਾਤੇ ਹੂ ਮੇਰੇ ਵੀਰੋ ਆਤੇ ਹੂ, ਇਹ ਹੈ ਕਲਸੀਆਂ ਦਾ ਜੌਂਟੀ ਚੱਕੇ ਯਾਮ ਕਰਦਾ, ਚੱਕੇ ਯਾਮ ਲਓ। ਪਹਿਲਾ ਜੱਥਾ ਕਹਿੰਦੇ ਵੀ ਕਲੱਬ ਦੇ ਪ੍ਰਧਾਨ ਸਾਡੇ ਵੀਰ ਪੀਟਰ ਵਾਣੀ ਤੇ ਰਮਨ ਝੱਜ, ਉਹਨਾਂ ਦਾ ਲੱਗ ਗਿਆ 500 ਰੁਪਇਆ ਸਾਡੇ ਵੀਰਾਂ ਵੱਲੋਂ ਜੌਂਟੀ ਦੇ ਵਾਸਤੇ। ਲੈ ਵੀ ਜੌਂਟੀ ਨੂੰ ਫੜਾ ਦੇ ਕਿਰਾ। ਲੈ ਵੀ ਜੌਂਟੀ 500 ਰੁਪਇਆ ਸਾਡੇ ਰਮਨ ਝੱਜ ਉਹਨਾਂ ਵੱਲੋਂ, ਪੀਟਰ ਪ੍ਰਧਾਨ ਵੱਲੋਂ ਪਹਿਲੇ ਹੀ ਉਫੇ ਦਾ ਬਈਵਾ ਨਹੀਂ ਦਿਸਾਂ। ਤੇ ਇਧਰੋਂ ਕਹਿੰਦੇ ਨੇ ਕੋਟ ਗੰਗੂ ਰਾਮਾਂ ਦੀ ਧਰਤੀ ਦਾ ਸੋਨੂੰ ਮੇਰੇ ਵੀਰੋ ਕਬੱਡੀ ਪਾ ਕੇ ਵਾਪਸ ਮਰਦੇ ਹੈ। ਇਹ ਪੜੌਦੀ ਦੀ ਧਰਤੀ ਦਾ ਪਵਿੱਤਰ ਹੈ, 70 ਕਿਲੋ ਵਜਨ ਦੇ ਵਿੱਚ ਮੁੰਡਾ ਕੈਨੇਡਾ ਖੇਡਿਆ। ਲੈ ਵੀ ਬਿੱਟੂਆ ਕਰ ਕਾਬੂ ਮੁੰਡੇ ਨੂੰ, ਪੈਰਾਂ 'ਚ ਭੁਚਾਲ ਸਹਿਕਦੇ ਹੈ, ਪਵਿੱਤਰ ਪੜੌਦੀ ਵਾਲਾ ਕਬੱਡੀ ਪਾ ਕੇ ਵਾਪਸ ਮਰਦੇ ਹੈ। ਹਾਂ ਸਵਰਨੇ ਸ਼ੇਰ ਕਹਾਣੀ ਮੁੰਡੇ ਦੀ ਲਓ। ਇਹ ਆ ਰਿੱਕੀ ਕਲਸੀਆਂ ਦੀ ਧਰਤੀ ਦਾ ਮੇਰੇ ਵੀਰੋ ਟੇਕਿਆ ਧਰਤੀ ਮਾਂ ਨੂੰ ਮੱਥਾ, ਕੇ ਮੱਥਾ ਟੇਕਿਆ ਤਾਵੀ ਨੇ ਹੱਥ ਜੋੜੇ, ਔਰ ਲੱਗਿਆ ਰੱਬ ਨੂੰ ਧਿਆਨ ਲੋਕੋ, ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ, ਧਾਵੀ ਚੱਲੇ ਆ ਕਬੱਡੀਆਂ ਪਾਉਣ ਲੋਕੋ। ਇਹ ਆ ਬੱਦੋ ਔਰ ਪਿੰਡ ਦਾ ਗਾਜਾ ਮੇਰੇ ਵੀਰੋ, ਪਰ ਕਿਹੜੇ ਵੀ ਡਬਲ ਟੱਚ ਦਾ ਇਸ਼ਾਰਾ ਮਨਜੀਤ ਸਿੰਘ ਜੀ ਚਨੇਰ ਵਾਲੇ ਫੈਸਲਾ ਕਰਦੇ ਆ। ਉਧਰੋਂ ਰਾਜ ਝੋਟ ਦ੍ਰਿੜਬੇ ਵਾਲਾ ਆਪਣੀ ਟੀਮ ਲੈ ਕੇ ਪੁੱਜ ਗਿਆ ਹੈ। ਸਵਰਨਿਆ ਪੰਤ ਪੁਆਣੀ ਵਾਲਾ ਕਨੇਡਾ ਬੈਠਾ, ਨਾਲ 10-12 ਅੰਗਰੇਜ਼ ਲਈ ਬੈਠਾ, ਵੱਡੀ ਸਕਰੀਨ ਤੇ ਤੱਕਦਾ ਨਜ਼ਾਰੇ ਨੂੰ। ਤੇ ਇਧਰੋਂ ਉਧਰੋਂ ਕੁਲਜੀਤ ਖਾੜਕੂ ਮੇਰੇ ਵੀਰੋ, ਸਾਡੇ ਪ੍ਰਧਾਨ ਸਾਹਿਬ ਨਾਲ ਗੂੜੀ ਯਾਰੀ ਹੈ, ਬਾਖੇੜ ਕਬੱਡੀ ਦਾ ਤਜਾਫੀ, ਆਸਟ੍ਰੇਲੀਆ ਦੀ ਧਰਤੀ ਤੇ ਬੈਠਾ। ਤੇ ਇਧਰੋਂ ਕਹਿੰਦੇ ਜੱਗਾ, ਇੱਕ ਪਾਸੇ ਜੱਗਾ ਤੇ ਦੂਜੇ ਪਾਸੇ ਭੀਮ ਹੈ, ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਉਹ ਵੱਡਾ ਹੋਇਆ ਜੱਫੇ ਮਾਰਦਾ। ਇੱਕ ਪਾਸੇ ਜੱਗਾ ਤੇ ਦੂਜੇ ਪਾਸੇ ਭੀਮ, ਹੱਡੇ ਕੀਤੇ ਹੋਏ ਦੂਰ ਦਰਸ਼ਕ ਵੀਰੋ, ਤਾੜੀ ਜ਼ਰੂਰ ਮਾਰ ਦਿਓ, ਇਹ ਮੁੰਡੇ ਦਾ ਜ਼ੋਰ ਦੇ ਕੇ ਤਾੜੀ ਜ਼ਰੂਰ ਮਾਰ ਦਿਓ। ਹਾਂ ਜੱਗਾ ਤੁਹਾਡੇ ਸਾਹਮਣੇ। ਸਰਦਾਰ ਸੁਖਦੇਵ ਸਿੰਘ ਜੀ ਸਾਬਕਾ ਸਰਪੰਚ ਸਾਹਿਬ, ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ ਅੱਜ ਇਸ ਕਬੱਡੀ ਕੱਪ ਦਾ ਪਹਿਲਾ ਇਨਾਮ 61,000 ਰੁਪਇਆ ਦਿੱਤਾ ਜਾਣਾ, ਸੰਧੂ ਭਰਾਵਾਂ ਲਈ 1,000 ਰੁਪਏ ਦੇ ਵੱਡੇ ਮਾਣ ਹੈ। ਸੁਖਦੇਵ ਸਿੰਘ ਜੀ ਸਾਬਕਾ ਸਰਪੰਚ ਜਿਨ੍ਹਾਂ ਵੱਲੋਂ ਪਹਿਲਾ ਇਨਾਮ ਦਿੱਤਾ ਜਾ ਰਿਹਾ ਹੈ, ਸੰਧੂ ਭਰਾਵਾਂ ਦੇ ਲਈ 1,000 ਰੁਪਏ ਦਾ ਵਿਸ਼ੇਸ਼ ਤੌਰ ਤੇ ਮਾਣ ਭੇਜਦੇ ਹੈ। ਕਾਕਾ ਕੌਡੀ ਪਾਉਂਦਾ, ਕੱਲ ਵੀ ਸ਼ੇਰਪੁਰ ਦੀ ਧਰਤੀ ਦੇ ਮੁੰਡੇ ਨੇ ਵਧੀਆ ਕੌਡੀਆਂ ਪਾਈਆਂ, ਜਿੱਥੇ ਹਰਿਆਣੇ ਦੀ ਟੀਮ ਨੇ ਮੇਰੇ ਵੀਰੋ ਪਹਿਲਾ ਸਥਾਨ ਪ੍ਰਾਪਤ ਕੀਤਾ, ਬਲਵੇੜੇ ਕਾਠਕੇ ਦੀ ਟੀਮ ਨੇ ਪੰਜਾਬ ਦੀ ਧਰਤੀ ਤੇ ਪਹੁੰਚ ਕੇ ਅੱਜ। ਉਧਰੋਂ ਸਾਡੇ ਸ੍ਰੀਵਨ ਰੈਸਟੋਰੈਂਟ ਬੇਲੋ ਵਾਲੇ ਸਾਡਾ ਨਿੰਮਾ ਕੰਗਣ ਵਾਲੀਆ ਜਾਰਾਂ ਦਾ ਯਾਰ, ਆਪਣੇ ਸਮਿਆਂ ਦਾ ਸੁਪਰ ਸਟਾਰ ਕਬੱਡੀ ਖਿਡਾਰੀ, ਉਹ ਵਿਸ਼ੇਸ਼ ਤੌਰ ਤੇ ਸਾਡੇ ਵਿਚਕਾਰ ਪਹੁੰਚ ਗਿਆ ਹੈ। ਧੰਨਵਾਦ ਕਰਦੇ ਜੀ ਇਹਨੂੰ। ਲਓ ਇਹ ਹੈ ਭੀਰਾ ਕਲਸੀਆਂ ਦੀ ਧਰਤੀ ਦਾ ਮੇਰੇ ਵੀਰੋ। ਲੈ ਵੀ ਸਵਾਲਿਆ ਪੀਟਰ ਪ੍ਰਧਾਨਾਂ ਦੀ ਨਿੰਮੇ ਨਾਲ ਵੀ ਗੂੜੀ ਯਾਰੀ ਹੈ, ਘੱਟੋ ਘੱਟ 20 ਸਾਲਾਂ ਦੀ ਯਾਰੀ ਚੱਲੀ ਆ ਰਹੀ ਹੈ, ਜਿਵੇਂ ਕੁਲਜੀਤ ਖਾੜਕੂ ਨਾਲ ਹੈ। ਤੇ ਮੇਰੇ ਵੀਰੋ ਸਾਡਾ ਨਿੰਮਾ ਵੀਰ ਵਿਸ਼ੇਸ਼ ਤੌਰ ਤੇ ਪਹੁੰਚਿਆ, ਭੀਰੀ ਕਬੱਡੀ ਪਾ ਕੇ ਵਾਪਸ ਵਰਤਿਆ। ਹਾਂ ਸਵਰੇ ਉਧਰ ਨਾਲ ਇਹ ਜੱਗੂ ਬਾਈ ਸਾਡਾ
ਤੇ ਨਾਲ ਕਿਹੜੇ ਵੀ ਨਿਰਮਲ ਸਿੰਘ ਨਿੰਮਾ ਕੰਗਣ ਵਾਲ ਆਪਣੇ ਸਮੇਂ ਦਾ ਪ੍ਰਸਿੱਧ ਕਬੱਡੀ ਖਿਡਾਰੀ ਸੀਵਨ ਰੈਸਟੋਰੈਂਟ ਡੇਲੋ ਵਾਲੇ ਚੇਚੇ ਤੌਰ ਤੇ ਪੁੱਜੇ ਹੈ, ਬਹੁਤ ਬਹੁਤ ਧੰਨਵਾਦ ਹੈ। ਚੱਲ ਵੀ ਭੀਮ ਪਾ ਨੌਜਵਾਨਾਂ ਕਬੱਡੀ ਇਹ ਆ ਭੀਮਾ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ। ਅਗਲੀਆਂ ਟੀਮਾਂ ਜਿਹੜੀਆਂ ਫਾਂਦੇ ਬਾਲ ਤੇ ਦਿੜਬਾ ਇਹ ਟੀਮਾਂ ਦੇ ਵਿਚਕਾਰ ਜਿਹੜਾ ਮੈਚ ਖੇਡਿਆ ਜਾਣਾ ਹੈ, ਤੱਕਦੇ ਕਿ ਨਿੰਦਰ ਰਾਮ ਬਿੱਟੂ ਦਾ ਜੱਫਾ ਦੇਖਣਾ। ਦਰਸ਼ਕ ਕਹਿੰਦੇ ਨੇ ਪਰ ਇਧਰੋਂ ਜੱਗਾ ਦੋ ਹੱਥ ਕਰਦਾ ਹੈ, ਅੰਕ ਭੀਮ ਆਪਣੀ ਟੀਮ ਲਈ ਜ਼ੋਰਦਾਰ ਸਵਾਰ ਰਿਹਾ। ਖੇਡ ਕਹਾਣੀ ਮੁੰਡਾ ਟਰੈਕਟਰਾਂ ਦਾ ਜੇਤੂ ਹੈ, ਇਹ ਆ ਸੋਨੂ ਕਹਿੰਦੇ ਕੋਟ ਗੰਗੂ ਰਾਮਾ ਦੀ ਧਰਤੀ ਦਾ ਮੇਰੇ ਵੀਰੋ ਕੂਨਰ ਪਰਿਵਾਰ ਦਾ ਸਰਦਾਰ ਅਵਤਾਰ ਸਿੰਘ ਕੂਨਰ ਦਾ ਪੁੱਤ ਮੇਰੇ ਵੀਰੋ ਇਸ ਸਮੇਂ ਫੋੜ ਦਾ ਜੇਤੂ ਕਬੱਡੀ ਪਾਉਂਦਾ ਹੈ। ਉਧਰ ਬੱਦੋਵਾਲ ਦੀ ਧਰਤੀ ਦਾ ਗਾਜਾ ਤੇ ਨਾਲ ਨਿੱਕਾ ਮੇਰੇ ਵੀਰੋ ਨਹੀਂ ਡੱਕ ਸਕੇ ਹੈ, ਅੰਕ ਜਿਹੜਾ ਸੋਨੂ ਇਸ ਸਮੇਂ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ। ਲੈ ਵੀ ਆ ਮੁੰਡਾ ਕਹਿੰਦਾ ਮੈਂ ਪਿੰਡੇ ਨੂੰ ਮਿੱਟੀ ਨਹੀਂ ਲਵਾਉਣੀ ਜੱਗਿਆ, ਉਹ ਰਾਜਿਆ ਬਿੱਟੂ ਤਗਾਲ ਵਾਲੇ ਵੀਰਿਆ ਮੁੰਡਾ ਕਹਿੰਦਾ ਪੈਰਾਂ 'ਚ ਮੇਰੇ ਭੁਚਾਲ ਸੇਕਦੇ ਨੇ, ਮੈਨੂੰ ਨੀ ਕਿਸੇ ਨੇ ਫੜਨਾ, ਅੱਜ ਵੇਖਾਂਗੇ ਪਵਿੱਤਰ ਪੜੌਦੀ ਵਾਲਾ ਬਾਖੇਡ ਕਬੱਡੀ ਨੂੰ ਕੈਨੇਡਾ ਖੇਡਿਆ। 70 ਕਿਲੋ ਵਜਨ ਦੇ ਵਿੱਚ ਮੁੰਡਾ ਇੱਕ ਪਾਸੇ ਨਿੰਦਰ ਨਾਲ ਬਿੱਟੂ ਤੇ ਅਟੈਕ ਮਾਰਿਆ, ਅਗੜਾ ਪਵਿੱਤਰ ਪੜੌਦੀ ਵਾਲਾ ਆਪਣੀ ਟੀਮ ਨੂੰ ਜੋੜਦਾ ਹੋਇਆ ਹਰੇਕੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਿਆ। ਹਰੇਕੀ ਕਬੱਡੀ ਪਾਉਂਦਾ ਹੈ ਲਵੀ ਨਰਿੰਦਰ ਰਾਮ ਬਿੱਟੂ, ਮਾਣ ਰੱਖ ਸਾਡੇ ਵੀਰ ਹਨੀ ਝੱਜ ਦਾ ਤੇ ਪਿੰਡੇ USA ਵਾਲੇ ਦਾ 500 ਦੇ ਮਾਰ ਕਰਦੇ ਹੈ। ਉਧਰ ਨਾਲੇ ਸਾਡਾ ਅਮਨ ਝਾਜੂਰੀ ਉਹਨਾਂ ਨੇ ਵੀ ਵੱਡੇ ਮਾਰ ਕਰਦੇ ਆ। ਲਓ ਰਿੱਕੀ ਦੀ ਪਈ ਹੋਈ ਰੇਡ, ਉਧਰ ਸਿੱਖ ਸਰਦਾਰ ਨੌਜਵਾਨ ਸਾਹਮਣਾ ਕਰਦਾ ਹੋਇਆ ਪਰ ਨਹੀਂ ਡੱਕ ਸਕੇ ਹੈ, ਅੰਕ ਰਿੱਕੀ ਕਲਸੀਆਂ ਵਾਲਾ। ਚੱਲ ਵੀ ਸ਼ੀਰਿਆ ਪਾਕ ਵੱਡੀ ਸ਼ੀਰਾ ਤੁਹਾਡੇ ਸਾਹਮਣੇ ਪਿੱਥੋਂ ਦੀ ਆ ਭੀਮ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਕਹਿੰਦੇ ਬਿੱਟੂ ਹੈ ਦੁਗਾਲ ਦੀ ਧਰਤੀ ਦਾ, ਗੋਰੀਆਂ ਮੇਮਾਂ ਦੇ ਮੋਬਾਈਲਾਂ 'ਚ ਫਿੱਟ ਫੋਟੋਆਂ ਨੇ, ਕਈ ਖਿਡਾਰੀ ਕਹਿੰਦੇ ਦੁਗਾਲ ਦੀ ਧਰਤੀ ਤੋਂ ਸਵਰਨਿਆ ਨਲਕੇ ਤੋਂ ਪਾਣੀ ਭਰ ਕੇ ਲੈ ਕੇ ਗਏ, ਕਿਤੇ ਦੁਗਾਲ ਦੇ ਪਾਣੀ 'ਚ ਨਾ ਫਰਕ ਹੋਵੇ ਜਿਹੜਾ ਬਿੱਟੂ, ਤੇ ਕਈ ਉਹਨਾਂ ਦੀ ਪਿੰਡ ਦੀ ਚੱਕੀ ਤੋਂ ਆਟਾ ਵੀ ਵਹਾ ਕੇ ਲੈ ਕੇ ਗਏ ਨੇ, ਖਬਰ ਆਟੇ 'ਚ ਫਰਕ ਹੋਵੇ, ਪਰ ਬਿੱਟੂ ਤੇ ਪਰਮਾਤਮਾ ਦੀਆਂ ਮਿਹਰਾਂ ਨੇ, ਦਾਦੇ ਦੀਆਂ ਮਿਹਰਾਂ ਨੇ, ਮਿਹਨਤ ਕੀਤੀ ਆ ਨੌਜਵਾਨ ਨੇ ਤਾਂ ਇੱਥੇ ਤੱਕ ਰੁਤਬੇ ਨੇ ਕਬੱਡੀ ਦੇ ਵਿੱਚ। ਕਾਕਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਗਾਜਾ ਤੇ ਸਿੱਖ ਸਰਦਾਰ, ਪਰ ਅੰਕੜਾ ਮੇਰੇ ਵੀਰੋ ਕਾਕਾ ਆਪਣੀ ਟੀਮ ਲਈ ਜੋੜ ਗਏ ਹੈ। ਚੱਲੋ ਇਹ ਗੱਭਰੂਆ ਪਾਗਾ ਕਬੱਡੀ ਪਿੱਤਰ ਫੜੌਦੀ ਵਾਲਾ, ਲੈ ਵੀ ਜੌਂਟੀ ਕਲਸੀਆਂ ਵਾਲਿਆ ਕਰਕੇ ਦਿਖਾ ਮੁੰਡੇ ਨੂੰ ਕਾਬੂ, ਇਹ ਆ ਮਝੈਲ ਤੇਰੇ ਸਾਹਮਣੇ ਮਾਖੇਡ ਕਬੱਡੀ ਦੇ ਵਿੱਚ। ਇਹ ਕਹਿੰਦਾ ਮੈਂ ਨੀ ਹੱਥ ਧਰਾਉਣਾ ਪਿੰਡੇ ਦੇ, ਜੇ ਜੌਂਟੀ ਜੱਫਾ ਲਊ ਪੀਟਰ ਪ੍ਰਧਾਨ ਕਹਿੰਦਾ 500, ਇੱਕ ਪਾਸੇ ਰਾਜਾ ਤੇ ਦੂਜੇ ਪਾਸੇ ਪਿੱਤਰ ਪੜੌਦੀ ਦੀ ਧਰਤੀ ਦਾ, ਕਬੱਡੀ 70 ਤੇ 75 ਕਿਲੋ ਦਾ ਤਰੇਡਰ ਹੈ ਮੁੰਡੇ ਦੇ ਨਾਂ ਤੇ, ਤਾੜੀ ਮਾਰ ਦਿਓ ਮੇਰੇ ਵੀਰਿਓ, ਤਾੜੀ ਮਾਰ ਦਿਓ, ਬੜੀਆਂ ਸੋਹਣੀਆਂ ਕੌਡੀਆਂ ਪਾਉਂਦਾ ਹੈ ਵੀਰਾ, ਕੌਡੀ ਪਾ ਰਿਹਾ ਸਵਰਿਆ ਵੀਰਾ ਕਲਸੀਆਂ ਵਾਲਾ। ਕਹਿੰਦੇ ਵੀ ਲੰਮੇ ਸਮੇਂ ਤੋਂ ਕਹਿੰਦੇ ਇਹਨਾਂ ਗਰਾਊਂਡਾਂ ਵਿੱਚ ਖੇਡਦਾ ਆ ਰਿਹਾ, ਉਧਰ ਗਾਜੇ ਨੇ ਹਲਕੀ ਜਿਹੀ ਝਕਾਨੀ ਦਿੱਤੀ ਪਰ ਕੰਮ ਨਹੀਂ ਆਈ ਮੇਰੇ ਵੀਰਿਓ, ਅੰਕ ਜਿਹੜਾ ਇਸ ਸਮੇਂ ਵੀਰਾ ਕਲਸੀਆਂ ਵਾਲਾ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ। ਉਧਰ ਹਨੀ ਝੱਜ ਪਿੰਡਾ ਝੱਜ USA ਵਾਲੇ ਸਾਡੇ ਵੀਰ ਆਖਦੇ ਆ ਕਿ 500 ਦੇ ਮਾਰ ਹੋਣੇ ਨਰਿੰਦਰ ਰਾਮ ਬਿੱਟੂ ਦੇ ਲਈ, ਤੇ ਨਾਲ ਸਾਡਾ ਜ਼ਿੰਦਗੀ ਦਾ ਪਰਮ ਪਿਆਰਾ ਵੀਰ ਬਾਈ ਲੱਖਾ ਇਟਲੀ ਵਾਲਾ ਉਹ ਵੀ ਵੱਡੇ ਮਾਰ ਕਰੇਗਾ, ਪਰ ਇਸ ਸਮੇਂ ਦੇਖਦਾ ਵੀ ਜੌਂਟੀ ਸਾਹਮਣਾ ਕਰਦਾ ਹੈ ਸਾਡਾ ਵੀਰ ਪੀਟਰ ਤੇ ਰਮਨ ਝੱਜ ਵੱਡੇ ਮਾਰ ਕਰਨਗੇ ਜੇਕਰ ਕਲਸੀਆਂ ਵਾਲਾ ਜੌਂਟੀ ਜੱਫਾ ਲਾਵੇਗਾ, ਪਰ ਇਹ ਦੇਖਦਾ ਵੀ ਇਸ ਸਮੇਂ ਰਾਜਾ ਕਲਸੀਆਂ ਵਾਲਾ ਮੇਰੇ ਵੀਰੋ। ਤੇ ਮੁਕਾਬਲਾ ਜਿਹੜਾ ਸਮਾਪਤ ਹੋ ਗਿਆ,
ਇਸ ਮੁਕਾਬਲੇ ਦੇ ਵਿੱਚੋਂ ਕੜਸੀਆਂ ਦੀ ਟੀਮ ਜਿਹੜੀ ਹੈ ਤੁਰਈ ਹੈ। ਅਗਲਾ ਮੈਚ ਦਿੜਬੇ ਨਾਲ ਮੇਰੇ ਵੀਰਿਓ ਖੇਡਿਆ ਜਾਣਾ ਹੈ। ਦਿੜਬਾ ਏ ਤੇ ਥਾਂਦੇਵਾਲ ਦੀਆਂ ਟੀਮਾਂ ਦੇ ਵਿਚਕਾਰ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਹੈ। ਹਰਜੋਤ ਸਿਉੜੇ ਵਾਲਾ ਸਾਡਾ ਵੀਰ ਗਰਾਊਂਡ ਦੇ ਵਿੱਚ ਆ ਕੇ ਡਿਊਟੀ ਨਿਭਾਊਗਾ। ਇੱਕ ਆਮ ਜੱਟ ਦੀ ਕਹਾਣੀ ਹੈ ਦਰਸ਼ਕ ਵੀਰਿਓ, ਜੱਟ ਕੋਲੇ ਜ਼ਮੀਨ ਥੋੜੀ ਹੈ, ਬਾਪੂ ਨੂੰ ਫਿਕਰ ਹੈ ਕਿ ਧੀ ਮੁਟਿਆਰ ਹੋ ਗਈ, ਜੇ ਕਿਸੇ ਵਧੀਆ ਘਰੇ ਵਿਆਹੀ ਗਈ ਤਾਂ ਮੌਜਾਂ ਮਾਣੂਗੀ। ਤੇ ਉਧਰੋਂ ਕਹਿੰਦੇ ਧੀ ਮੁਟਿਆਰ ਹੋ ਗਈ, ਬਾਪੂ ਨੂੰ ਫਿਕਰ ਹੈ ਕਿ ਧੀ ਦਾ ਵਿਆਹ ਕਿਸੇ ਵਧੀਆ ਘਰੇ ਕਰ ਦਈਏ ਤਾਂ ਮੌਜਾਂ ਮਾਣੂਗੀ। ਪਿੰਡੋਂ ਮੁੰਡੇ ਨੇ ਪਲੱਸ ਟੂ ਪਾਸ ਕੀਤੀ, ਸ਼ਹਿਰ ਦਾਖਲੇ ਲੈਤੇ, ਵੱਡਿਆਂ ਘਰਾਂ ਦੇ ਕਾਕਿਆਂ ਨਾਲ ਆੜੀਆਂ ਪਾ ਲਈਆਂ। ਘਰੇ ਆਇਆ ਕਹਿੰਦਾ ਬਾਪੂ ਮੇਰੇ ਆੜੀਆਂ ਕੋਲੇ ਕਾਰਾਂ ਨੇ, ਮੈਨੂੰ ਵੀ ਕਾਰ ਲੈ ਕੇ ਦੇ, ਮੈਂ ਤਾਂ ਪੜ੍ਹਨ ਫੇਰ ਜਾਊਂਗਾ। ਘਰ ਵਾਲੀ ਕਹਿੰਦੀ ਮੇਰੀ ਭੈਣ ਨੇ ਕੋਠੀ ਪਾ ਲਈ, ਤੂੰ ਵਧੀਆ ਕੋਠੀ ਪਾ, ਭਾਵੇਂ ਕਿਤੋਂ ਮਰਜ਼ੀ ਲੋਨ ਕਰਾ, ਮੈਂ ਤਾਂ ਰੋਟੀ ਟੁੱਕ ਫੇਰ ਫੜਾਉਂਗੀ। ਬੇਬੇ ਬੈਠੀ ਆ 60 ਸਾਲ ਦੀ ਘਰੇ, ਕਹਿੰਦੀ ਪੁੱਤ ਮੇਰੇ ਗੋਡੇ ਦੁਖਦੇ ਨੇ, ਪਹਿਲਾਂ ਗੋਡੇ ਬਦਲਾ ਦੇ, ਜਲੰਧਰ ਬਦਲਦੇ ਨੇ 2.5 ਲੱਖ ਲੱਗੂਗਾ, ਬਾਕੀ ਕੰਮ ਫੇਰ ਕਰ ਲਾਂਗੇ। ਜੱਟ ਵਿਚਾਲੇ ਫਸਿਆ ਹੋਇਆ, ਇਹ ਵੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ। ਇੰਨੇ ਮੈਂ ਜਿਹੜਾ ਸ਼ੁਰੂ ਹੋਣ ਲੱਗਿਆ ਕਿ ਮੁੰਡਾ ਕਹਿੰਦਾ ਬਾਪੂ ਉਹ ਮੈਂ ਗੱਡੀ ਲੈਣੀ ਹੈ, ਬਾਪੂ ਕਹਿੰਦਾ ਸੰਧੂ ਆ ਪੈਣੀ ਵੇਚਣੀ ਪੈਣੀ ਹੈ, ਟਾਲੀ ਵਾਲਾ ਕੀਲਾ ਬਾਪੂ ਲੇਖੇ ਲਾ ਦੇ ਵੇ, ਬੜੇ ਚਿਰਾਂ ਦੀ ਰੀਸ ਤੂੰ ਮੈਨੂੰ ਕਾਰ ਦਵਾ ਦੇ ਵੇ, ਹਾਲੇ ਤੇਰੀ ਛੋਟੀ ਭੈਣ ਵਿਆਹਣੀ, ਓਏ ਪੁੱਤਰਾ ਜ਼ਿੰਮੇਦਾਰੀ ਵੱਡੀ ਹੈ। ਸੰਧੂਆ ਅੱਖਾਂ ਮੀਚ ਚਲਾ ਲੈ, ਸਾਡਾ ਤਾਂ ਸਾਈਕਲ ਗੱਡੀ ਹੈ। ਘਰਵਾਰੀ ਕਹਿੰਦੀ ਆਪਾਂ ਕੋਠੀ ਪਾਈਏ ਜੀ, ਬੜੀਆਂ ਬੈਂਕਾਂ ਫਿਰਦੀਆਂ ਉੱਥੋਂ ਲੋਨ ਕਰਾਈਏ ਜੀ। ਬੇਬੇ ਕਹਿੰਦੀ ਮੇਰਾ ਇਲਾਜ ਕਰਾ ਦੇ ਓਏ ਪੁੱਤਰਾ, ਆ ਦੁਖਦੇ ਮੇਰੇ ਗੋਡੇ ਨਵੇਂ ਪਵਾ ਦੇ ਓਏ ਪੁੱਤਰਾ। ਕੀ ਕਰੇ ਜੱਟ ਵਿਚਾਰਾ, ਫਸਲ ਵਿੱਚ ਰੁੜਦੀ ਮੰਡੀ ਹੈ। ਸੰਧੂਆ ਅੱਖਾਂ ਮੀਚ ਚਲਾ ਲੈ, ਸਾਡਾ ਤਾਂ ਸਾਈਕਲ ਗੱਡੀ ਹੈ। ਫਿਰ ਬਾਪੂ ਮੁੰਡੇ ਦੀ ਮੰਗ ਪੂਰੀ ਕਰ ਦਿੰਦਾ, ਕਿਉਂਕਿ ਮੁੰਡਾ ਗੱਭਰੂ ਹੈ, ਕਿਤੇ ਇੱਧਰ ਉੱਧਰ ਗਲਤ ਗੱਲ ਨਾ ਕਰ ਲਏ, ਇਕੱਲਾ ਪੁੱਤ ਹੈ। ਥੋੜੀ ਜ਼ਮੀਨ ਵੇਚ ਕੇ ਮੁੰਡੇ ਨੂੰ ਗੱਡੀ ਲੈ ਦਿੰਦਾ, ਘਰ ਵਾਲੀ ਨੂੰ ਕੋਠੀ ਪਾਉਂਦਾ ਕਿਉਂਕਿ ਉੱਥੇ ਵੀ ਜ਼ੋਰ ਚੱਲ ਜਾਂਦਾ, ਲੋਨ ਲੈ ਕੇ ਕੋਠੀ ਪਾ ਦਿੰਦਾ। ਬੇਬੇ ਦੇ ਗੋਡੇ ਬਦਲਾਉਣ ਦੀ ਤਿਆਰੀ ਹੈ, ਪੁੱਤ ਨੂੰ ਫਿਕਰ ਆ ਕੇ ਫਿਰ ਵੀ ਮਾਂ ਏ, ਇੱਕ ਸਵਾਲ ਕੀਤਾ ਆਪਾਂ ਕਿਉਂ ਨਾ ਪੂਰਾ ਕਰੀਏ। ਉਧਰੋਂ ਕਹਿੰਦੇ ਆ ਰਿਸ਼ਤਾ ਤੈਅ ਹੋ ਜਾਂਦਾ ਧੀ ਦਾ, ਸਹੁਰੇ ਦਾਜ ਮੰਗ ਲੈਂਦੇ ਹੈ, ਬਾਪੂ ਕੋਲੇ ਪੈਸੇ ਦਾ ਪ੍ਰਬੰਧ ਨਹੀਂ ਹੁੰਦਾ ਕਿਉਂਕਿ ਪਹਿਲਾਂ ਹੀ ਕਰਜ਼ੇ ਚੜਿਆ ਪਿਆ, ਤੇ ਚੁੱਪ ਚੁੱਪ ਰਹਿਣ ਲੱਗਦਾ ਹੈ। ਕਿ ਫੇਰ ਕਹਿੰਦੇ ਨੇ ਬਾਪੂ ਸਾਡਾ ਚੁੱਪ ਕਿਉਂ ਰਹਿੰਦਾ ਏ, ਕੀ ਪਤਾ ਤੁਹਾਨੂੰ ਬਾਪੂ ਕਿੱਦਾਂ ਮਰ ਮਰ ਕੇ ਜਿੰਦਾ ਏ। ਕਿਹਾ ਕਦੇ ਕਿ ਬਾਪੂ ਤੇਰੇ ਪੈਰ ਦਵਾ ਦੇਈਏ, ਆ ਕਿਵੇਂ ਬੱਜੀ ਤੇਰੇ ਦਾਤੀ, ਉਹ ਬਾਪੂ ਮੱਲ ਮਿਲਾ ਦੇਈਏ। ਕਰਜ਼ੇ ਚ ਡੁੱਬੇ ਬਾਪੂ ਨੇ ਲੈ ਲਿਆ ਫਾਹਾ, ਓਏ ਲਾਸ਼ ਟਿਕਰ ਤੇ ਟੰਗੀ ਹੈ। ਸੰਧੂਆ ਅੱਖਾਂ ਮੀਚ ਚਲਾ ਲੈ, ਸਾਡਾ ਤਾਂ ਸਾਈਕਲ ਗੱਡੀ ਹੈ। ਸੰਧੂਆ ਅੱਖਾਂ ਮੀਚ ਚਲਾ ਲੈ, ਸਾਡਾ ਤਾਂ ਸਾਈਕਲ ਗੱਡੀ ਹੈ। ਹਰਜੋਤ ਸਾਡਾ ਬਾਈ ਸਿਉੜੇ ਵਾਲਾ ਯਾਰਾਂ ਦਾ ਯਾਰ, ਹੈਲੋ ਹੈਲੋ ਸਤਿਗੁਰੂ ਦਾਤੇ ਕਾਜ ਰਚਾਇਆ, ਆਪਣੀ ਮੇਰ ਕਰਾਈ
ਦਾਸਾਂ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ। ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ ਆਖੀਏ ਸਾਰੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡ ਬਵਾਣੀ ਕਹਿੰਦੇ ਖੇਡ ਕਬੱਡੀ ਦੇ ਵਿੱਚ ਵੱਡਾ ਨਾਂ ਇਸ ਨਗਰ ਦਾ, ਸਿਰ ਝੁਕਦਾ ਲੱਖ ਵਾਰੀ ਇਸ ਖੇਡ ਮੈਦਾਨ ਨੂੰ। ਜ਼ਿੰਦਗੀ ਦੇ ਸਤਿਕਾਰਯੋਗ ਵੀਰ ਕੁਲਵੰਤ ਸਿੰਘ ਜੀ ਪੀਟਰ ਪ੍ਰਧਾਨ ਸਾਹਿਬ, ਉਹਨਾਂ ਦੀ ਸਮੁੱਚੀ ਖੇਡ ਸੰਸਥਾ ਨੂੰ, ਅੱਜ ਦੇ ਇਸ ਖੇਡ ਮੇਲੇ ਦੀ ਮੈਂ ਆਪਣੀ ਤਰਫੋਂ ਉੱਥੇ ਕਬੱਡੀ ਜਗ ਦੇ ਵੱਲੋਂ ਲੱਖ ਲੱਖ ਮੁਬਾਰਕਬਾਦ ਦੇ ਰਿਹਾ। ਸਾਰੇ ਸਤਿਕਾਰਯੋਗ ਭਰਾਵਾਂ ਦੀ ਜਿਹੜੀ ਸਾਂਝ ਆ ਤੁਹਾਡੇ ਨਾਲ ਪਾਉਂਦਾ ਜਾਵਾਂਗਾ, ਪਰ ਕੋਸ਼ਿਸ਼ ਕਰਾਂਗਾ ਕਿਉਂਕਿ ਦਰਸ਼ਕ ਵੀਰ ਕਬੱਡੀ ਦੇਖਣ ਆਏ ਹੈ। ਲਓ ਕਬੱਡੀ ਦਾ ਜਿਹੜਾ ਮੈਚ ਹੈ, ਮੇਨ ਸਟੇਜ ਵਾਲੀ ਸਾਈਡ ਦਿੜਬਾ ਏ ਦੀ ਟੀਮ ਦੇ ਖਿਡਾਰੀ ਨੇ ਤੇ ਦੂਸਰੇ ਪਾਸੇ ਧਨੌਲਾ ਮੰਡੀ ਦੀ ਟੀਮ ਹੈ, ਸੋਰੀ ਦੂਸਰੇ ਪਾਸੇ ਥਾਂਦੇਵਾਲ ਦੀ ਟੀਮ ਹੈ, ਜ਼ਿਲ੍ਹਾ ਮੁਕਤਸਰ ਦੀ ਧਰਤੀ ਮੇਰੇ ਵੀਰਿਓ। ਥਾਂਦੇਵਾਲ ਦੀ ਟੀਮ ਦਾ ਖਿਡਾਰੀ ਇਸ ਸਮੇਂ ਕਬੱਡੀ ਪਾ ਰਿਹਾ ਹੈ। ਕਹਿੰਦੇ ਇਸ ਟੀਮ ਨੇ ਜੋਧਾਂ ਦਾ ਕਬੱਡੀ ਕੱਪ ਜਿੱਤਿਆ ਹੈ ਔਰ ਬੜੀ ਨਾਮਵਰ ਟੀਮ ਜਿਹੜੀ ਵਿਸ਼ੇ ਤੌਰ ਤੇ ਪੁੱਜੀ ਹੈ। ਨਾ ਉਹ ਸਾਹਮਣੇ ਥਾਂਦੇ ਵਾਲੀ ਆ ਆਪਣੀ ਟੀਮ ਦੇ ਹਿੱਸੇ ਨੰਬਰ ਜੋੜਦਾ ਹੋਇਆ। ਰਮਨ ਜੀ ਹਨੀ ਜੀ ਆਖਦੇ ਸਾਡੇ ਦਰਮਿਆਨ ਡਾਕਟਰ ਸੁਖਮਿੰਦਰ ਸਿੰਘ ਜੀ ਬਿਲਾਸਪੁਰ ਤੋਂ ਚੇਚੇ ਤੌਰ ਤੇ ਪੁੱਜ ਗਏ ਨੇ। ਮੇਰੀ ਬੇਨਤੀ ਹੈ ਇਸ ਤੋਂ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਦੇ ਖਿਡਾਰੀਆਂ ਦੇ ਲਈ ਸੰਤ ਬਾਬਾ ਈਸ਼ਰ ਸਿੰਘ ਕਬੱਡੀ ਕਲੱਬ ਕਲੋਟੀ ਧਨੌਲਾ ਰਾਮਸਰ, ਇਹ ਦੋਨੋਂ ਟੀਮਾਂ ਦੇ ਖਿਡਾਰੀ ਜਲਦੀ ਨਾਲ ਪੁੱਜਣਗੇ। ਨਾ ਉਹ ਦੀਪਾਂ ਸ਼ਾਹੜ ਦੀ ਧਰਤੀ ਦਾ ਮੇਰੇ ਵੀਰਿਓ ਦਿੜਬੇ ਦੀ ਟੀਮ ਦੇ ਇਸੇ ਨੰਬਰ ਜੋੜਦਾ ਹੋਇਆ। ਰੰਗਲੇ ਪੰਜਾਬੀਆਂ ਦੀ ਖੇਡ ਕਬੱਡੀ ਵੱਖਰੀ ਹੈ, ਹਰ ਕੋਈ ਫਿਰੇ ਥਾਪੀ ਮਾਰਦਾ, ਥਾਪੀ ਵੱਜਦੀ ਹੈ, ਜੱਫਾ ਲੱਗਦਾ। ਕਹਿੰਦੇ ਭਗਵੰਤ ਬਵਾਣੀ ਦਾ ਪਿੰਡ ਹੈ ਔਰ ਦੁਨੀਆਂ ਦੇ ਵਿੱਚ ਨਾਮ ਰੋਸ਼ਨ ਕੀਤਾ ਭਾਵੇਂ ਗਾਲੇ ਭਾਵੇਂ ਦੀ ਕਾਲੇ ਉਹਨਾਂ ਦੀ। ਲਓ ਸਾਹਮਣੇ ਪਈ ਹੋਈ ਕਬੱਡੀ, ਇਸ ਵੇਲੇ ਦਿੜਬੇ ਦੀ ਟੀਮ ਦਾ ਪਹਿਲਵਾਨ ਸਾਹਮਣੇ ਹੈ। ਬਾਹ ਨੌਜਵਾਨ ਹੈ, ਇੱਕੋ ਜਿਹੇ ਸਰੀਰ ਨੇ, ਇੱਕੋ ਜਿਹੇ ਕੱਛੇ ਨੇ। 30 ਸੈਕਿੰਡ ਦੀ ਕਬੱਡੀ ਹੈ, ਇੱਕ ਧਾਵੀ ਇੱਕ ਜਾਫੀ, ਰਾਜ ਵੀ ਹੱਲਾ ਸ਼ੇਰੀ ਦੇ ਰਿਹਾ, ਪਰ ਇਹ ਪੁਆਇੰਟ ਮੈਂ ਵੇਖਦਾ ਵੀ ਦਿੜਬੇ ਦੀ ਟੀਮ ਦੇ ਥਾਂਦੇਵਾਲ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਗੋਲ ਜਿਹੇ ਦਾਇਰੇ ਵਿੱਚ ਕਹਿੰਦੇ ਕੌਣ ਹੈ ਰਾਜ ਝੋਟ, ਕਹਿੰਦੇ ਦੁਨੀਆਂ ਦਾ ਸੁਪਰ ਖਿਡਾਰੀ ਜਿਸ ਤਰ੍ਹਾਂ ਗੁਰਲਾਲ ਖੇਡਿਆ। ਅੱਜ ਮੇਰੇ ਵੀਰੋ ਬਿੱਟੂ ਦਗਾਲ ਵਾਲਾ ਵਿਸ਼ੇਸ਼ ਤੌਰ ਤੇ ਪੁੱਜਾ ਹੋਇਆ। ਜਥੇਦਾਰ ਚਰਨ ਸਿੰਘ ਜੀ ਸਿਓੜਾ ਹੋਣਾ ਦੀ ਬਦੌਲਤ ਅੱਜ ਬਿੱਟੂ ਇਸ ਧਰਤੀ ਤੇ ਖੇਡ ਰਿਹਾ ਹੈ। ਉਧਰ ਪੰਮੇ ਆਸੀ ਹੋਣੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ। ਇਧਰ ਰਾਜ ਦੀ ਪਈ ਹੋਈ ਕਬੱਡੀ, ਹੁਣ ਵੇਖਦੇ ਵੀ ਗੋਲ ਜਿਹੇ ਦਾਇਰੇ ਵਿੱਚ ਆਰੇ ਪੁਆਇੰਟ ਜਿਹੜਾ ਰਾਜ ਆਪਣੀ ਟੀਮ ਦੇ ਹਿੱਸੇ ਜੋੜ ਰਹੇ। ਬਹੁਤ ਹੀ ਸ਼ਾਨਦਾਰ ਇਹ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਆਪਾਂ ਵੇਖ ਰਹੇ ਹਾਂ। ਜਿੰਨੇ ਵੀ ਰੱਬ ਵਰਗੇ ਦਰਸ਼ਕ ਵੀਰ ਤੁਸੀਂ ਵਿਸ਼ੇਸ਼ ਤੌਰ ਤੇ ਚੱਲ ਕੇ ਆਏ ਹੋ, ਤੁਹਾਡਾ ਚੱਲਿਆ ਹੋਇਆ ਕਿ ਕਦਮ ਸਾਡੀ ਸਮੁੱਚੀ ਪ੍ਰਬੰਧਕੀ ਕਮੇਟੀ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਿਰ ਮੱਥੇ ਹੈ। ਹੈਲੋ ਲਓ ਕਹਿੰਦੇ ਦਿੜਬੇ ਦੇ ਲਾਗੇ ਕਰਕੇ ਸ਼ਾਹੜ ਪਿੰਡ ਆ ਇਸ ਕਿਡਾਰੀ ਦਾ। ਦੀਪਕ ਕਹਿੰਦੇ ਸ਼ਾਹੜ ਵਾਲ ਦੀ ਪਈ ਹੋਈ ਕਬੱਡੀ ਆ, ਤੇ ਦੂਜੇ ਬੰਨੇ ਕਹਿੰਦੇ ਥਾਂਦੇਵਾਲ ਦੀ ਟੀਮ ਆ ਬੜੀ ਦੂਰੋਂ ਚੱਲ ਕੇ ਆਈ ਹੈ ਖੇਡ ਮੈਦਾਨ ਦੇ ਵਿੱਚ। ਕਹਿੰਦੇ ਦੀਪਕ ਸ਼ਾਹੜ ਵਾਲਾ ਪਾ ਕਬੱਡੀ ਦਿੜਬੇ ਦੀ ਟੀਮ ਦੇ ਲਈ ਅੰਕ ਦਾ ਵਾਅਦਾ ਕਰਦਾ ਹੋਇਆ। ਆ ਵੀ ਨੌਜਵਾਨਾਂ ਪਾ ਕਬੱਡੀ ਲਓ ਲੱਖਾਂ ਕਹਿੰਦੇ ਥਾਂਦੇਵਾਲ ਦਾ
ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ। ਹੈਲੋ ਹਾਂਜੀ ਵੀਰ ਜੀ, ਤੁਹਾਡਾ ਇਹ ਮੇਲਾ ਸਾਡੇ ਕੁਝ ਮਹਿਮਾਨ ਆ ਰਹੇ ਨੇ, ਤੁਸੀਂ ਵੀ ਸਾਡੇ ਆਪਣੇ ਉਹ ਜਿਹੜੀਆਂ ਚੇਅਰਸ ਲੱਗੀਆਂ ਨੇ ਮੇਨ ਸਟੇਜ ਦੇ ਬਿਲਕੁਲ ਥੱਲੇ, ਪ੍ਰਬੰਧਕਾਂ ਦੇ ਵੱਲੋਂ ਇਹ ਬੇਨਤੀ ਕਰਵਾਈ ਜਾ ਰਹੀ ਹੈ ਵੀ ਉਹ ਕੁਰਸੀਆਂ ਜਿਹੜੀਆਂ ਖਾਲੀ ਕਰ ਦਿੱਤੀਆਂ ਜਾਣ, ਕੋਈ ਵੀ ਸੱਜਣ ਗੁੱਸਾ ਨਾ ਕਰੇ, ਤੁਸੀਂ ਵੀ ਸਾਡੇ ਆਪਣੇ ਹੋ ਕਿਉਂਕਿ ਬਾਹਰੋਂ ਆਏ ਮਹਿਮਾਨਾਂ ਦੀ ਮਹਿਮਾਨ ਨਵਾਜ਼ੀ ਕਰਨਾ ਪੰਜਾਬੀਆਂ ਦਾ ਫਰਜ਼ ਹੈ, ਪੰਜਾਬੀਆਂ ਦੇ ਖੂਨ ਦੇ ਵਿੱਚ। ਨਾ ਕਬੱਡੀ ਦੀ ਗੱਲ ਕਰੀਏ, ਸਾਹਮਣੇ ਕਹਿੰਦੇ ਥਾਂਦੇ ਵਾਲੀਆ ਨੌਜਵਾਨ ਉਖੜੇ ਪੈਰ ਔਰ ਪਹਿਲਵਾਨ ਦੇਖਣ ਵਾਲਾ ਖਿਡਾਰੀ ਸਾਹਮਣੇ ਭਾਉ ਨੌਜਵਾਨ। ਇਸ ਵੇਲੇ ਮਨਜੀਤ ਝਨੇਰ ਵਾਲੇ ਦੀ ਵਿਸਲ ਫੈਸਲਾ ਕਰਦੀ ਹੈ ਵੀ ਇਹ ਪੁਆਇੰਟ ਜਿਹੜਾ ਇਹ ਤਾਂ ਵੀ ਆਪਣੀ ਟੀਮ ਦੇ ਹਿੱਸੇ ਜੋੜ ਗਿਆ। ਸੰਤ ਬਾਬਾ ਈਸ਼ਵਰ ਸਿੰਘ ਕਬੱਡੀ ਕਲੱਬ ਕਲੋਟੀ ਤੇ ਧਨੌਲਾ ਰਾਮਸਰ, ਕੁਲਵੰਤ ਸਿੰਘ ਜੀ, ਪੀਟਰ ਸਾਹਿਬ ਪ੍ਰਧਾਨ ਸਾਹਿਬ ਹੋਰਾਂ ਨੇ ਵੱਡੀ ਮਿਹਨਤ ਕੀਤੀ ਹੈ। ਮੋਨੂ ਬਵਾਣੀ, ਰਮਨ ਬਵਾਣੀ, ਜਗਦੀਪ ਸਿੰਘ ਜੀ, ਅਮਰਿੰਦਰ ਸਿੰਘ ਜੀ, ਹਨੀ ਚਾਜ, ਗੁਰਦੀਪ ਸਿੰਘ ਜੀ, ਹੋਰ ਵੀ ਜਿੰਨੇ ਸਤਿਕਾਰਯੋਗ ਵੀਰ ਨੇ ਜਿਨ੍ਹਾਂ ਨੇ ਇਸ ਮੇਲੇ ਨੂੰ ਕਰਵਾਉਣ ਦੇ ਲਈ ਵੱਡੇ ਯੋਗਦਾਨ ਪਾਏ ਨੇ, ਉਹਨਾਂ ਸਾਰੇ ਭਰਾਵਾਂ ਦਾ ਵਿਸ਼ੇ ਤੌਰ ਤੇ ਧੰਨਵਾਦ। ਹੈਲੋ, ਉਧਰੋਂ ਸਾਡੇ ਜਗਤਾਰ ਸਿੰਘ ਜੀ ਚੇਅਰਮੈਨ ਸਾਹਿਬਾਂ ਦੇ ਸੱਦੇ ਪੱਤਰ ਨੂੰ ਮੰਨਦੇ ਹੋਏ ਬੜੀਆਂ ਗੂੜੀਆਂ ਰਿਸ਼ਤੇਦਾਰੀਆਂ ਨੇ, ਪੀਲੂ ਅਤੇਵਾਲ ਜੀ, ਹਰਿੰਦਰ ਸਿੰਘ ਜੀ, ASI ਸਾਹਿਬ, ਤਲਵਿੰਦਰ ਸਿੰਘ ਜੀ ਮਿੱਠੂ, ਮਨਦੀਪ ਸਿੰਘ ਜੀ ਕੋਟਲਾ ਭਲੀ, ਆਲ ਪਿੰਟੂ ਸਾਡਾ ਵੀਰ ਬਸੀ ਟੋਨੀ ਤੇ ਮਾਵੀ ਖੰਨਾ, ਨਾ ਅਵੀ ਜੋਧਾ ਵਾਲਾ, ਕਹਿੰਦੇ ਤਰਨ ਜੋਧਾ ਵਾਲ ਦਾ ਪੇਂਡੂ ਆ, ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ, ਅਤੇ ਝਨੇਰ ਵਾਲੇ ਕਹਿੰਦੇ ਮਨਜੀਤ ਦਾ ਫੈਸਲਾ ਕਿ ਪਹਾੜ ਜਾਫੀਆਂ ਦਾ ਆ ਵੀ ਨੌਜਵਾਨਾਂ ਪਾ ਕਬੱਡੀ। ਉਧਰੋਂ ਨਿੰਮਾ ਕਹਿੰਦੇ ਕੰਗਣਾ ਵਾਲੀਆ ਪੁੱਜਿਆ ਹੋਇਆ ਆਪਣੀ ਮਿੱਤਰ ਮੰਡਲੀ ਦੇ ਨਾਲ, ਨਾਲ ਬਲਵੀਰ ਸਿੰਘ ਜੀ ਭੀਰੀ ਸਾਡੇ ਵੀਰ ਫਲਾਉਣ ਵਾਲੇ, ਨਾਲ ਕਹਿੰਦੇ ਵੀ ਕੁਲਦੀਪ ਸਿੰਘ ਜੀ ਕਾਕੂ ਫਲਾਉਣ ਦੇ ਵਿੱਚ ਵੱਡਾ ਕਬੱਡੀ ਕੱਪ ਕਰਵਾਉਂਦੇ ਨੇ। ਇਧਰੋਂ ਕਹਿੰਦੇ ਸ਼ਾਹਣ ਵਾਲ ਦੀ ਪਈ ਹੋਈ ਕਬੱਡੀ ਹੈ ਦਰਵੇ ਦੇ ਲਾਗੇ ਕਰਕੇ, ਕਹਿੰਦੇ ਸ਼ਾਹਣ ਪਿੰਡ ਹੈ ਲਾ ਜ਼ਿਲ੍ਹਾ ਸੰਗਰੂਰ ਦੀ ਖੇਡ ਮੈਦਾਨ ਦਾ, ਕਹਿੰਦੇ ਨੌਜਵਾਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਉਧਰੋਂ ਕਹਿੰਦੇ ਥਾਂਦੇਵਾਲ ਦੀ ਟੀਮ ਯੋਧਾ ਦੇ ਟੂਰਨਾਮੈਂਟ ਦੀ, ਕਹਿੰਦੇ ਜੇਤੂ ਟੀਮ ਹੈ ਲਾ ਉੱਚੇ ਲੰਮੇ ਕਰਦਾ ਜਾਫੀ ਤੂਫਾਨ ਬਣਦਾ ਹੋਇਆ ਖੇਡ ਮੈਦਾਨ ਦੇ ਵਿੱਚ, ਮਾਰੋ ਤਾੜੀ ਮੇਰੇ ਵੀਰਿਓ। ਦੀਪਕ ਸ਼ਾਹਣ ਵਾਲਾ ਪੁਆਇੰਟ ਦਾ ਵਾਧਾ ਕਰਦਾ ਹੋਇਆ, ਮੈਂ ਤੇ ਮੇਰਾ ਵੀਰ ਹਰਜੋਤ ਸ਼ਿਓੜਾ। ਹੈਲੋ, ਮੇਰੀ ਬੇਨਤੀ ਹੈ ਸਰਦਾਰ ਬਲਦੇਵ ਸਿੰਘ ਜੀ ਜਿਨ੍ਹਾਂ ਨੇ ਪਹਿਲਾ ਪ੍ਰਾਈਜ਼ ਸਪੌਂਸਰ ਕੀਤਾ, ਇਸ ਪਰਿਵਾਰ ਦੇ ਵੀ ਵੱਡੇ ਯੋਗਦਾਨ ਨੇ, ਕਹਿੰਦੇ ਅੱਜ ਦੇ ਕਬੱਡੀ ਕੱਪ ਦੇ ਲਈ ਉਹਨਾਂ ਨੂੰ ਬੇਨਤੀ ਆ ਵੀ ਉਹ ਮੇਨ ਮੰਚ ਤੇ ਚੇਅਰ ਤੇ ਆ ਕੇ ਬੈਠ ਜਾਣ। ਸਰਦਾਰ ਬਲਦੇਵ ਸਿੰਘ ਜੀਆਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਹੇ ਹਾਂ। ਔਰ ਸਾਡੇ ਦਰਮਿਆਨ ਇਸ ਕਬੱਡੀ ਕੱਪ ਦੇ ਮੁੱਖ ਸਹਿਯੋਗੀ ਵੀ ਨੇ ਸਰਦਾਰ ਪਰਮਜੀਤ ਸਿੰਘ ਜੀ ਪੰਬਾ ਆਸੀ ਪਿੰਡ ਆ, ਕਹਿੰਦੇ USA ਦੇ ਵਿੱਚ ਵੱਸਦਾ ਸਾਡਾ ਵੀਰ, ਯਾਰਾਂ ਦਾ ਯਾਰ, ਮਿੱਤਰ ਮੰਡਲੀ ਦੇ ਸਤਿਕਾਰਯੋਗ ਭਰਾ ਬਲਵੀਰ ਸਿੰਘ ਜੀ ਬੀਰੀ ਫਲਾਉਂਡ, ਕੁਲਦੀਪ ਸਿੰਘ ਜੀ ਕਾਕੂ ਫਲਾਉਂਡ ਕਲਾਂ ਵਾਲੇ, ਜਥੇਦਾਰ ਸਰਦਾਰ ਚਰਨ ਸਿੰਘ ਜੀ ਸਿਓੜਾ, ਤੇਜਿੰਦਰ ਸਿੰਘ ਜੀ ਮੋਟੂ ਸਿਓੜਾ, ਤੇ ਜੀ USA ਸਾਡੇ ਵੀਰ ਬੜਾ ਯੋਗਦਾਨ ਪਾ ਰਹੇ ਨੇ ਔਰ ਸਾਡੇ ਦਰਮਿਆਨ ਪੁੱਜੇ ਨੇ ਜੀਆਂ ਨੂੰ। ਨਾ ਕਬੱਡੀ ਦੀ ਗੱਲ ਕਰੀਏ, ਸਾਹਮਣੇ ਕਹਿੰਦੇ ਨੌਜਵਾਨ ਰਾਜ ਝੋਟ ਦਿੜਬੇ ਵਾਲਾ, ਕਹਿੰਦੇ ਦਿੜਬੇ ਦਾ ਮੇਲਾ ਅੱਜ ਪਹਿਲੇ ਦਿਨ ਦੇ ਮੁਕਾਬਲੇ ਖੇਡੇ ਜਾ ਰਹੇ ਨੇ, ਕੱਲ ਕਹਿੰਦੇ ਨਾਰਥ ਇੰਡੀਆ ਦੀਆਂ ਟੀਮਾਂ ਖੇਡਣਗੀਆਂ, ਦਿੜਬੇ ਦੇ ਕਬੱਡੀ ਕੱਪ ਤੇ ਕਬੱਡੀ ਦਾ ਸਿਰਾ ਹੋਵੇਗਾ। ਔਰ ਕਹਿੰਦੇ ਦਿੜਬੇ ਦਾ ਪੇਪਲ ਬੜਾ ਮਸ਼ਹੂਰ ਹੈ, ਉੱਥੋਂ ਦਾ ਸੰਦੀਪ ਲੁੱਧਰ ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਜਿਸ ਖਿਡਾਰੀ ਬਾਰੇ ਕਬੱਡੀ ਦਾ ਦੂਜਾ ਹਰਜੀਤ ਬਰਾੜ ਦਾ ਨਾਮ ਦਿੱਤਾ ਗਿਆ, ਮੇਰੇ ਵੀਰਿਓ ਇਹ ਸਮੇਂ ਦੀ ਗੱਲ ਹੈ। ਨਾ ਉੱਥਾਂ ਦੇ ਵਾਲੀਆ ਆਪਣੀ ਟੀਮ ਦੇ ਹਿੱਸੇ ਨੰਬਰ ਜੋੜ ਰਹੇ। ਕੁਝ ਹੀ ਪਲਾਂ ਦੇ ਵਿੱਚ ਸਾਡੇ ਦਰਮਿਆਨ
ਜੱਸੀ ਜਸਰਾਜ ਜੀ ਉੱਗੇ ਸਮਾਜ ਸੇਵਕ ਨੇ ਉਹ ਸਾਡੇ ਦਰਮਿਆਨ ਪੁੱਜਣ ਵਾਲੇ ਨੇ। ਮੈਂ ਬੇਨਤੀ ਕਰੂੰਗਾ ਪੀਟਰ ਹੋਣਾ ਨੂੰ, ਮਨੂ ਹੋਣਾ ਨੂੰ, ਹਨੀ ਹੋਣਾ ਨੂੰ ਵੀ ਉਹ ਸਵਾਗਤੀ ਗੇਟ ਤੇ ਪੁੱਜ ਜਾਣੇ ਕਿਉਂਕਿ ਜੱਸੀ ਜਸਰਾਜ ਜੀ ਕੁਝ ਹੀ ਪਲ ਦੇ ਵਿੱਚ ਸਾਡੇ ਦਰਮਿਆਨ ਪੁੱਜਣ ਵਾਲੇ ਨੇ। ਨਾ ਉਹ ਦੀਪੇ ਸ਼ਾਹਣ ਵਾਲੇ ਦੀ ਕਬੱਡੀ ਤੇ ਥਾਂਦੇ ਵਾਲੀਆਂ ਟਰਾਈ ਕਰ ਰਹੇ ਆ ਇਸ ਵੇਲੇ ਮੁਕਾਬਲਾ ਸਕਦੇ। ਦਰਸ਼ਕ ਵੀਰੋ ਜੇ ਸਵਾਲ ਆ ਰਿਹਾ ਨਾ ਇੱਕ ਵਾਰੀ ਤਾੜੀ ਮਾਰ ਕੇ ਦੱਸ ਦਿਓ। ਕਹਿੰਦੇ ਦਰਸ਼ਕਾਂ ਦੇ ਸਿਰ ਚੜ ਬੋਲਦਾ ਹੈ ਕਬੱਡੀ ਦਾ ਜਨੂਨ ਮਿੱਤਰੋ। ਉਧਰ ਬਹੁਤ ਹੀ ਸਤਿਕਾਰਯੋਗ ਵੀਰ ਸਹਿਜ ਮਾਗਟ ਪਿੰਡ ਰੌਂਪੁਰ ਤੋਂ ਕਮਲ ਮਾਗਟ ਜੀ, ਤੇਜਿੰਦਰ ਸਿੰਘ ਜੀ ਝੱਜ ਸਾਹਿਬ, ਸਰਦਾਰ ਖੇਮ ਸਿੰਘ ਜੀਆਂ ਦੇ ਪੋਤਰੇ ਨੇ ਔਰ ਜਿਹਨਾਂ ਦਾ ਕਹਿੰਦੇ ਮੈਕਡੋਨਲ ਔਰ ਵੱਡੇ ਬਿਜ਼ਨਸ ਨੇ ਉਹ ਵੀ ਸਾਡੇ ਦਰਮਿਆਨ ਪੁੱਜੇ ਨੇ। ਵਰਿੰਦਰ ਸਿੰਘ ਜੀ ਬੇਗੋਵਾਲ, ਅਨੂਪ ਸਿੰਘ ਜੀ ਬੇਗੋਵਾਲ ਉਹ ਵੀ ਵਿਸ਼ੇ ਤੌਰ ਤੇ ਪੁੱਜੇ ਨੇ। ਲਾ ਪਈ ਹੋਈ ਕਬੱਡੀ ਦੇ ਉੱਤੇ ਤਾੜੀ ਮਾਰੋ ਦਰਸ਼ਕ ਵੀਰੋ। ਦਿੜਬੇ ਦਾ ਮਹਾਨ ਕਬੱਡੀ ਖਿਡਾਰੀ ਅੰਕ ਦਾ ਵਾਅਦਾ ਕਰਦਾ ਹੋਇਆ ਕਨੇਡਾ ਦੀ ਰਿਚਮੰਡ ਕਬੱਡੀ ਕਲੱਬ ਦੇ ਲਈ ਸੁੱਖ ਬੰਧੇਰ ਕਹਿੰਦੇ ਘਲੋਟੀ ਵਾਲੇ ਦੀ ਟੀਮ ਦੇ ਲਈ ਖੇਡਿਆ। ਆਹ ਖਿਡਾਰੀ ਰਾਜ ਝੋਟ ਕਹਿੰਦੇ ਦਿੜਬੇ ਦਾ ਜਿੱਥੋਂ ਦਾ ਕਹਿੰਦੇ ਕਰਨ ਘੁਮਾਣ ਪ੍ਰਸਿੱਧ ਹੈ, ਉਧਰੋਂ ਪੰਮਾ ਆਸੀ ਵਾਲਾ ਯੂ ਐਸ ਏ ਤੋਂ, ਨਾਲ ਸਾਡਾ ਵੀਰ ਗੁਰੀ ਲਸਾੜਾ ਕਨੇਡਾ ਤੋਂ, ਉਧਰੋਂ ਸਾਡੇ ਵੀਰ ਹਰਜੀਤ ਸਿੰਘ ਜੀ ਮੰਡੇਰ ਮੰਡੇਰ ਟਰਾਂਸਪੋਰਟ ਕਨੇਡਾ ਵਾਲੇ ਉਹ ਵੀ ਕਹਿੰਦੇ ਲਾਈਵ ਜੁੜੇ ਹੋਏ ਨੇ। ਨਾਲ ਕਹਿੰਦੇ ਕੁਲਜੀਤ ਖਾੜਕੂ ਆਸਟ੍ਰੇਲੀਆ ਤੋਂ ਲਾਈਵ ਜੁੜਿਆ ਹੋਇਆ ਆਪਣੇ ਮਿੱਤਰਾਂ ਦੇ ਨਾਲ। ਭੰਤੀ ਕਹਿੰਦੇ ਬਵਾਣੀ ਵਾਲਾ, ਉਧਰੋਂ ਕਹਿੰਦੇ ਨੌਜਵਾਨ ਪਾਲੇ ਦਾ ਲੱਗਿਆ ਹੋਇਆ ਜੱਫਾ ਮੈਦਾਨ ਦੇ ਵਿੱਚ ਹੋ ਗਈ ਬੱਲੇ 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 ਬੱਲੇ। ਤਾੜੀ ਮਾਰੋ ਦਰਸ਼ਕ ਵੀਰੋ ਜ਼ੋਰ ਨਾਲ। ਪੁਆਇੰਟ ਥਾਂਦੇਵਾਲ ਦੀ ਟੀਮ ਦੇ ਲਈ ਹਰਜੋਤ ਸ਼ਿਵੜਾ ਸਾਡਾ ਵੀਰ ਗੱਲ ਕਰਦਾ ਹੋਇਆ। ਸਾਡੇ ਵੀਰ 500 ਰੁਪਏ ਦਾ ਮਾਣ ਕਰਦੇ ਨੇ ਝੱਜ ਸਾਹਿਬ ਇਸ ਇਜਾਫੀ ਦੇ ਲਈ। ਖਣੀ ਝੱਜ ਜੀ 500 ਰੁਪਏ ਦਾ ਮਾਣ। ਸੰਤ ਈਸ਼ਰ ਸਿੰਘ ਕਬੱਡੀ ਕਲੱਬ ਘਲੋਟੀ ਤੇ ਧਨੌਲਾ ਰਾਮਸਰ, ਇਹ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਆ ਵੀ ਜਲਦੀ ਨਾਲ ਗਰਾਊਂਡ 'ਚ ਆ ਜਾਣ। ਧਨੌਲਾ ਰਾਮਸਰ ਤੇ ਘਲੋਟੀ, ਸੰਤ ਈਸ਼ਰ ਸਿੰਘ ਕਬੱਡੀ ਕਲੱਬ ਘਲੋਟੀ, ਇਹ ਜਿਹੜਾ ਮੈਚ ਆਪਾਂ ਵੇਖ ਰਹੇ ਜਿੱਥੇ ਦਰਸ਼ਕ ਵੀਰ ਆਨੰਦ ਲੈ ਰਹੇ ਉੱਥੇ ਕਬੱਡੀ 365.com ਦੇ ਜ਼ਰੀਏ ਅੱਜ ਦੁਨੀਆ ਜੁੜੀਆਂ ਕਹਿੰਦੇ ਬਵਾਣੀ ਦੇ ਪ੍ਰਸਿੱਧ ਖੇਡ ਮੇਲੇ ਦੇ ਨਾਲ। ਨਾ ਇਸ ਸਮੇਂ ਜਿਹੜਾ ਮੈਚ ਚੱਲ ਰਿਹਾ ਥਾਂਦੇਵਾਲ ਦੀ ਟੀਮ ਤੇ ਦਿੜਬਾਏ ਦੀਆਂ ਟੀਮਾਂ ਦੇ ਦਰਮਿਆਨ ਬੜਾ ਬਿਹਤਰੀਨ ਮੁਕਾਬਲਾ। ਉਧਰੋਂ ਨਿੰਮਾ ਕੰਗਣ ਵਾਲੀ ਆ ਆਪਣੇ ਸਮੇਂ ਦਾ ਪ੍ਰਸਿੱਧ ਕਬੱਡੀ ਖਿਡਾਰੀ, C1 ਰੈਸਟੋਰੈਂਟ ਦੇ ਡੇਲੋ ਵਾਲੇ ਸਾਡੇ ਵੀਰ ਮਾਲਕ ਨੇ, ਔਰ ਨਾਲ ਹੀ ਮਨਦੀਪ ਸ਼ੰਕਰ ਜੀ ਉਹ ਵੀ ਵਿਸ਼ੇ ਤੌਰ ਤੇ ਪੁੱਜੇ ਨੇ। ਨਾ ਦੀਪੇ ਦੀ ਕਬੱਡੀ ਤੇ ਗੱਲ ਕਰੀਏ, ਔਰ ਖੱਬੇ ਪੱਟ ਦੇ ਅੰਦਰਲੇ ਬੰਨੇ ਥਾਪੀ ਮਾਰੀ ਹੈ ਥਾਂਦੇਵਾਲ ਦੀ ਟੀਮ ਦੇ ਚਾਰ ਕਹਿੰਦੇ ਬੁਰਜਾਂ ਵਰਗੇ ਲਟੈਣਾ ਵਰਗੇ ਖਿਡਾਰੀ ਮੇਰੇ ਵੀਰੋ। ਔਰ ਸਾਹਮਣੇ ਕਹਿੰਦੇ ਇਸ ਵੇਲੇ ਅੱਜ ਕਹਿੰਦੇ ਕੌਣ ਭਗਵੰਤ ਬਵਾਣੀ ਵਰਗੀ ਖੇਡ ਵਿਖਾਵੇਗਾ। ਯਾਰਾਂ ਦਾ ਯਾਰ ਕਹਿੰਦੇ ਕੈਨੇਡਾ ਤੋਂ ਲਾਈਵ ਜੁੜਿਆ ਹੋਇਆ ਮਿੱਤਰ ਮੰਡਲੀ ਵੱਡੀ ਸਕਰੀਨ ਲਾ ਕੇ ਦੇਖ ਰਹੀ ਹੈ। ਭਗਵੰਤ ਬਵਾਣੀ ਦੇ ਵੱਲੋਂ ਜਿੰਨੇ ਖਿਡਾਰੀ ਪੁੱਜੇ ਨੇ, ਖੇਡ ਪ੍ਰੇਮੀ ਪੁੱਜੇ ਨੇ, ਵਿਸ਼ੇ ਤੌਰ ਤੇ ਧੰਨਵਾਦ ਕੀਤਾ ਜਾ ਰਿਹਾ ਹੈ। ਨਾ ਥਾਂਦੇ ਵਾਲੀਏ ਦੀ ਪਈ ਹੋਈ ਕਬੱਡੀ, ਕ੍ਰਿਸ਼ਨ ਗੱਲ ਕਰੂਗਾ। ਇਹ ਆ ਕਹਿੰਦੇ ਆ ਵੀ ਯੋਧਾ ਵਾਲਾ ਮੇਰੇ ਵੀਰੀਓ, ਪਿਛਲੇ ਦਿਨ ਯੋਧਾ ਦੇ ਵਿੱਚ ਤਰਨ ਉਹਨਾਂ ਨੇ ਬੜਾ ਤਕੜਾ ਟੂਰਨਾਮੈਂਟ ਕਰਵਾਇਆ ਤੇ ਪੁਆਇੰਟ ਥਾਂਦੇਵਾਲ ਦੀ ਟੀਮ ਦੇ ਲਈ ਜੋੜਦਾ ਹੋਇਆ। C1 ਰੈਸਟੋਰੈਂਟ ਵਾਲੇ ਸਾਡੇ ਵੀ ਡੇਲੋ ਤੋਂ, ਉਧਰੋਂ ਨਿੰਮਾ ਕੰਗਣਵਾਲ ਜੀ ਨਾਲ ਮਨਦੀਪ ਜਵੰਦਾ ਜੀ ਕਹਿੰਦੇ ਸ਼ੰਕਰ ਵਾਲੇ ਉਹ ਵੀ ਉਚੇਚੇ ਤੌਰ ਦੇ ਉੱਤੇ ਪੁੱਜੇ ਨੇ। ਜਸਪਾਲ ਸਿੰਘ ਜੀ ਬਿੱਟੂ ਪੰਜਾਬ ਪੁਲਿਸ, ਬਲਜੀਤ ਸਿੰਘ ਜੀ ਬਿੱਲੂ, ਰਣਜੀਤ ਸਿੰਘ ਜੀ ਸਾਡੇ ਵੀਰਾਂ ਦਾ ਧੰਨਵਾਦ ਹੈ। ਕ੍ਰਿਸ਼ਨ ਇੱਕ ਟੀਮ ਪੁੱਜ ਗਈ, ਦੂਜੀ ਨੂੰ ਬੁਲਾ ਲਈਏ ਕਿਉਂਕਿ ਆਪਣੀ ਡਿਊਟੀ ਹੈ। ਬੇਨਤੀ ਆ ਧਨੌਲਾ ਰਾਮਸਰ ਦੀ ਟੀਮ ਨੂੰ, ਬੇਨਤੀ ਆ ਧਨੌਲਾ ਰਾਮਸਰ ਦੀ ਟੀਮ ਦੇ ਖਿਡਾਰੀਆਂ ਨੂੰ ਜਿੱਥੇ ਮੇਰੀ ਆਵਾਜ਼ ਨੂੰ ਸੁਣਦੇ ਨੇ ਜਲਦੀ ਨਾਲ ਗਰਾਊਂਡ 'ਚ ਆ ਜਾਣੇ।
ਪ੍ਰਸਿੱਧ ਕਬੱਡੀ ਖਿਡਾਰੀ ਦੁਨਾਲੀ ਮਕੰਦਪੁਰੀ ਹੈ। ਬਿੱਲੂ ਘਲੋਟੀ ਵਾਲਾ ਆਪਣੀ ਟੀਮ ਨੂੰ ਲੈ ਕੇ ਪੁੱਜੇ ਨੇ। ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾ ਰਿਹਾ ਹੈ। ਧਨੌਲਾ ਰਾਮਸਰ ਦੀ ਟੀਮ ਦੇ ਖਿਡਾਰੀ ਜਲਦੀ ਨਾਲ ਪੁੱਜਣ। ਦਿਲਬਰ ਦਿਲਬਰ ਜੀ, ਥਾਂਦੇਵਾਲ ਦੀ ਟੀਮ ਜੇਤੂ ਰਹੀ ਹੈ ਵੀਰ ਜੀ, ਨੋਟ ਕੀਤਾ ਜਾਵੇ ਥਾਂਦੇਵਾਲ ਦੀ ਟੀਮ ਇਸ ਮੈਚ ਦੀ ਜੇਤੂ ਰਹੀ ਹੈ। ਔਰ ਸਾਡੇ ਦਰਮਿਆਨ ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਫਤਿਹ ਬੁਲਾਉਂਦੇ ਹੈ, ਸਤਿ ਸ੍ਰੀ ਅਕਾਲ ਬੁਲਾਉਂਦੇ ਹੈ। ਅਮਰਜੀਤ ਸਿੰਘ ਜੀ ਕਾਕਾ ਖਹਿਰਾ ਕਹਿੰਦੇ ਖਹਿਰੇ ਨਗਰ ਨੇ ਵੀ ਖੇਡ ਕਬੱਡੀ ਨੂੰ ਤਕੜੇ ਮੱਲ ਦਿੱਤੇ ਨੇ, ਭਾਵੇਂ ਸਰਦਾਰ ਮੱਗਰ ਸਿੰਘ ਜੀ ਦੀ, ਹੁਸ਼ਿਆਰ ਸਿੰਘ ਜੀ ਦੀ, ਪਾਪੀ ਉਹਨਾਂ ਦੀ ਔਰ ਪਿੰਦੇ ਉਹਨਾਂ ਦੀ ਗੱਲ ਹੋਵੇ, ਭਾਵੇਂ ਅਮਰਜੀਤ ਸਿੰਘ ਜੀ ਕਾਕਾ ਹੋਰਾਂ ਦੀ ਗੱਲ ਹੋਵੇ, ਅੱਜ ਵੀ ਦੁਨੀਆ ਇਹਨਾਂ ਦੀ ਖੇਡੀ ਖੇਡ ਨੂੰ ਯਾਦ ਕਰਦੀ ਹੈ। ਜੀਆਂ ਨੂੰ ਸੋੜਾ ਸਾਹਿਬ, ਸੋ ਸਿਰਫ ਆਪਣੇ ਆ ਗੀਤ ਸੁਣਨਾ ਦੋ ਤਿੰਨ ਮਿੰਟ ਦਾ ਮੁੰਡੇ ਤੋਂ, ਸੋ ਧਿਆਨ ਦੇਣਾ। ਇਹ ਇੱਕ ਮਿੰਟ ਦੇ ਦਿਓ ਜੀ, ਟੀਮ ਬੁਲਾ ਲਈ। ਧਨੌਲਾ ਰਾਮ ਸਰ ਆ ਗਈ ਜੀ, ਧਨੌਲਾ ਰਾਮ ਸਰ। ਹਾਂਜੀ, ਮੈਂ ਕੋਵਿਡ ਟੂ ਸਟੇਜ, ਥੈਂਕ ਯੂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਖੇਡ ਮੇਲੇ ਨੂੰ, ਨਗਰ ਪੰਚਾਇਤ ਨੂੰ, ਕਲੱਬ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ। ਸੋ ਕਮਲ ਗੋਸਲਾ ਗੀਤ ਗਾਉਣ ਲੱਗੇ ਹਾਂ ਜੀ, ਖਾਂਦੇ ਪੀਂਦੇ ਨੂੰ ਦੇਖ ਕੇ ਨਾ ਸੜੀਏ, ਆੜ ਦੇ ਗਵਾਂਢ ਚ ਕਦੇ ਨਾ ਲੜੀਏ। ਉਹ ਖਾਂਦੇ ਪੀਂਦਿਆਂ ਨੂੰ ਵੇਖ ਕੇ ਨਾ ਸੜੀਏ, ਆੜ ਦੇ ਗਵਾਂਢ ਚ ਕਦੇ ਨਾ ਲੜੀਏ। ਬੈਰੀ ਕਰੇ ਜਾ ਕੇ ਵੀ ਕਦੇ ਨੀ ਖਾਈਦਾ, ਮਿੱਤਰਾਂ ਦੇ ਨਾਲ ਧੋਖਾ ਨੀ ਕਮਾਈਦਾ, ਸੋਹਣਿਆਂ ਦੇ ਨਾਲ ਧੋਖਾ ਨੀ ਕਮਾਈਦਾ, ਵੀਰਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ। ਹੋ ਕੰਨਿਆ ਕੁਵਾਰੀ ਨੂੰ ਨਿਗਾਲ ਕੱਢੀ ਦੀ, ਆਪਣੀ ਬਿਆਈ ਹੋਈ ਕਦੇ ਨੀ ਛੱਡੀ ਦੀ, ਇੱਕੋ ਜਿੰਨਾ ਦੁੱਖ ਮਾਪਿਆਂ ਨੂੰ ਜਾਈਦਾ, ਸੱਜਣਾਂ ਦੇ ਨਾਲ ਧੋਖਾ ਨੀ ਕਮਾਈਦਾ, ਸੋਹਣਿਆਂ ਦੇ ਨਾਲ ਧੋਖਾ ਨੀ ਕਮਾਈਦਾ, ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ। ਹੋ ਨਿੰਦਿਆਂ ਨਾ ਝੁਗਲੀ ਕਿਸੇ ਦੀ ਕਰੀਏ, ਪੁੱਛੇ ਬਿਨਾ ਪੌੜੀ ਨਾ ਬੇਗਾਨੀ ਚੜੀਏ, ਐਵੇਂ ਨੀ ਲਾੜੇ ਦੀ ਧਾਈ ਬਣ ਜਾਈਦਾ, ਸੱਜਣਾਂ ਦੇ ਨਾਲ ਧੋਖਾ ਨੀ ਕਮਾਈਦਾ, ਮਿੱਤਰਾਂ ਦੇ ਨਾਲ ਧੋਖਾ ਨੀ ਕਮਾਈਦਾ, ਵੀਰਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ। ਹੋ ਕਹਿੰਦੇ ਨੇ ਸਿਆਣੇ ਜੱਫਾ ਮਾੜਾ ਅੰਨੇ ਦਾ, ਜੱਟ ਨਾਲ ਰੌਲਾ ਲੋਕੋ ਵੱਟ ਬੰਨੇ ਦਾ, ਹੋ ਬੁਰਾ ਵਿਛੋੜਾ ਚਮਕੀਲੇ ਭਾਈ ਦਾ, ਸੱਜਣਾਂ ਦੇ ਨਾਲ ਧੋਖਾ ਨੀ ਕਮਾਈਦਾ, ਸੋਹਣਿਆਂ ਦੇ ਨਾਲ ਧੋਖਾ ਨੀ ਕਮਾਈਦਾ, ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ। ਹੋ ਸਹੁਰੇ ਨਾਲ ਯਾਰੀ ਮਾੜੀ ਹੈ ਜਮਾਈ ਦੀ, ਨੋ ਕੋਲੇ ਮੰਜੀ ਵੀ ਕਦੇ ਨੀ ਡਾਈਦੀ, ਹੋ ਮਿੱਤੋ ਪਹਾੜ ਬਣ ਜਾਂਦਾ ਰਾਈਦਾ, ਸੱਜਣਾਂ ਦੇ ਨਾਲ ਧੋਖਾ ਨੀ ਕਮਾਈਦਾ, ਸੋਹਣਿਆਂ ਦੇ ਨਾਲ ਧੋਖਾ ਨੀ ਕਮਾਈਦਾ, ਹੋ ਵੀਰਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ। ਸੋ ਇੱਥੇ ਧੰਨਵਾਦ ਕਰਦਾ ਸਾਰੀ ਸੰਗਤ ਦਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਜੀ, ਬਹੁਤ ਸ਼ਾਨਦਾਰ ਮੈਚ ਖੇਡ ਮੈਦਾਨ ਦੇ ਵਿੱਚ। ਘਲੋਟੀ ਦੀ ਟੀਮ ਪਿੰਡ ਵਾਲੇ ਪਾਸੇ ਆ ਤੇ ਦੂਜੇ ਪਾਸੇ ਧਨੌਲਾ ਰਾਮ ਸਰ। ਲਓ ਖੇਡ ਮੈਦਾਨ ਦੇ ਵਿੱਚ ਕਹਿੰਦੇ ਜੱਟਾਂ ਦੇ ਭੰਧੇਰ ਪਰਿਵਾਰ ਦਾ ਖਿਡਾਰੀ ਹੈ ਇਹ ਆ ਕਹਿੰਦੇ ਜਸਪ੍ਰੀਤ ਸਿੰਘ ਬਿੱਲੂ ਘਲੋਟੀ ਵਾਲਾ, ਅੱਜ ਕੱਲ ਸਟਾਰ ਆ ਖੇਡ ਕਬੱਡੀ ਦਾ। ਲਓ ਖੇਡ ਮੈਦਾਨ ਦੇ ਵਿੱਚ ਕੈਨੇਡਾ ਦੇ ਵਿੱਚ ਕਹਿੰਦੇ ਫੈਜਰ ਵੈਲੀ ਦੀ ਟੀਮ ਦੇ ਲਈ ਖੇਡਿਆ ਰਮਨ ਝਾਜਣਾ ਦੀ ਕਹਿੰਦੇ ਟੀਮ ਆ। ਲਾ ਕਹਿੰਦੇ ਬਿੱਲੂ ਘਲੋਟੀ ਵਾਲਾ ਪਾਉਂਦਾ ਹੋਇਆ ਕਬੱਡੀ ਤੇ ਧਨੌਲਾ ਰਾਮਸਰ ਦੀ ਟੀਮ ਦੇ ਚਾਹੋ ਦੇ ਵਿੱਚੋਂ ਇੱਕ ਨੇ ਕਹਿੰਦੇ ਖੁੱਚ ਪੱਟੀ ਆ ਤੇ ਕੈਂਚੀ ਲਾਉਣ ਦੀ ਗੱਲ ਕੀਤੀ ਹੈ। ਪੁਆਇੰਟ ਮੇਰੇ ਵੀਰੋ ਬਿੱਲੂ ਘਲੋਟੀ ਵਾਲਾ ਜੋੜਦਾ ਹੋਇਆ ਹਰਜੋਤ ਛੇਹੋੜਾ ਜੀ।
ਜਿੱਥੇ ਮੇਰੀ ਬੇਨਤੀ ਆ ਵੀ ਇਸ ਮੈਚ ਤੋਂ ਅਗਲੀ ਜਿਹੜੀ ਲਿਸਟ ਆ ਉਹ ਸਾਡੇ ਕੋਲ ਪੁੱਜਦੀ ਕੀਤੀ ਜਾਵੇ। ਔਰ ਸਾਡੇ ਦਰਮਿਆਨ ਜਿਨ ਮਾਨਯੋਗ ਸ਼ਖਸੀਅਤਾਂ ਦੀ ਮੈਂ ਪਹਿਲੇ ਗੱਲ ਕੀਤੀ ਹੈ, ਉਹਗੇ ਸਮਾਜ ਸੇਵਕ ਨੇ ਜੱਸੀ ਜਸਰਾਜ ਜੀ ਸਾਡੇ ਦਰਮਿਆਨ ਪੁੱਜ ਚੁੱਕੇ ਨੇ। ਔਰ ਕੁਲਵੰਤ ਸਿੰਘ ਜੀ, ਪੀਟਰ ਪ੍ਰਧਾਨ ਸਾਹਿਬ, ਰਮਨ ਓੜੀ ਸਾਡੇ ਵੀਰ ਹਨੀ ਓੜੀ, ਮੋਨੂ ਬਵਾਣੀ ਜੀ, ਜਗਦੀਪ ਸਿੰਘ ਜੀ, ਅਮਰਿੰਦਰ ਸਿੰਘ ਜੀ, ਉਹਨਾਂ ਨੂੰ ਸਵਾਗਤੀ ਗੇਟ ਤੋਂ ਲੈ ਕੇ ਆ ਰਹੇ ਨੇ ਜੱਸੀ ਜਸਰਾਜ ਜੀ, ਉਹਨਾਂ ਦਾ ਅਸੀਂ ਇੱਥੇ ਪੁੱਜਣ ਦੇ ਲਈ ਸਵਾਗਤ ਕਰ ਰਹੇ ਨਾ। ਖੇਡ ਕਬੱਡੀ ਦੇ ਮੈਦਾਨ ਵਿੱਚ ਵੇਖੀਏ ਵੀ ਕਹਿੰਦੇ ਤਲੋਟੀ ਨਗਰ, ਖੇਡ ਕਬੱਡੀ ਦੇ ਵਿੱਚ ਜਾਣਿਆ ਪਹਿਚਾਣਿਆ ਨਗਰ ਹੈ। ਔਰ ਦੇਬੇ ਨੇ, ਮਾਸਟਰ ਭੁਪਿੰਦਰ ਨੇ, ਸੁਖ ਪੰਧੇਰ ਨੇ, ਮੇਲੀ ਨੇ, ਜੱਸੀ ਨੇ, ਸੋਨੀ ਨੇ, ਔਰ ਤਕੜੀ ਕਬੱਡੀ ਖੇਡੀ ਬੀਕੀ ਉਹਨਾਂ ਨੇ ਨਾ। ਸਾਹਮਣੇ ਰੀਟਾ ਤਲੋਟੀ ਵਾਲਾ ਆਪਣੀ ਟੀਮ ਦੇ ਹਿੱਸੇ ਨੰਬਰ ਜੋੜਦਾ ਹੋਇਆ, ਫੋੜ ਨੇ ਟਰਾਈ ਕੀਤੀ ਸੀ ਧਨੌਲਾ ਰਾਮਸਰ ਦੀ ਟੀਮ ਦੀ ਤਰਫੋਂ, ਪਰ ਸਫਲਤਾ ਜਿਹੜੀ ਰੇਡਰ ਦੇ ਹਿੱਸੇ ਜੁੜ ਚੁੱਕੀ ਹੈ। ਨੇਮੇ ਕੰਗਣ ਵਾਲੀਆਂ ਨੇ ਵੀ ਆਪਣੇ ਸਮੇਂ ਦੇ ਵਿੱਚ ਤਕੜੀ ਕਬੱਡੀ ਖੇਡੀ ਹੈ। ਕਹਿੰਦੇ ਪਹਿਲਵਾਨਾਂ ਦਾ ਪਿੰਡ ਹੈ ਕੰਗਣ ਵਾਲੇ, ਵੀਰ ਹੋਣੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਹੈ। ਨਾ ਸਾਹਮਣੇ ਭਾਉ ਨੌਜਵਾਨ ਹੈ, ਖੁਸ਼ ਕੀਤਾ ਘਲੋਟੀ ਵਾਲਾ ਨੌਜਵਾਨ ਨੇ ਆਪਣੀ ਟੀਮ ਦੇ ਹਿੱਸੇ ਨੰਬਰ ਜੋੜ ਰਿਹਾ ਹੈ। 61,000 ਤੇ 41,000 ਦਾ ਪ੍ਰਾਈਜ਼ ਹੈ। ਬਵਾਣੀ ਦਾ ਕਬੱਡੀ ਕੱਪ ਹੈ, ਵੱਡੀ ਤਾਦਾਦ ਦੇ ਵਿੱਚ ਮੈਂ ਵੇਖਦਾ ਵੀ ਦਰਸ਼ਕ ਵੀਰ ਪੁੱਜੇ ਹੋਏ ਨੇ। ਔਰ ਸਾਡੇ NRI ਵੀਰ ਨਗਰ ਨਿਵਾਸੀ ਤੇ ਇਲਾਕਾ ਨਿਵਾਸੀਆਂ ਨੇ ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਦੇ ਲਈ ਵੱਡੇ ਯੋਗਦਾਨ ਪਾਏ ਨੇ। ਨਾ ਬਿੱਲੂ ਘਲੋਟੀ ਵਾਲੇ ਦੀ ਕਬੱਡੀ ਤੇ ਹੁਣ ਵੇਖਦੇ ਵੀ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਦੋ ਹੱਥ ਕਰੂਗਾ। ਭਾ ਨੌਜਵਾਨ ਹੈ, ਹਟ ਕਬੱਡੀ ਯਾਰਾਂ ਦੀ ਇਹ ਖੇਡ ਵੱਡੇ ਸਰਦਾਰਾਂ ਦੀ, ਕਈਆਂ ਨੇ ਖੇਡ ਕੇ ਛੱਡ ਦਿੱਤੀ ਹੈ, ਕਈ ਆਉਣ ਵਾਲੇ ਸਮੇਂ ਦੇ ਸੁਪਰ ਸਟਾਰ ਬਣਨਗੇ, ਸ਼ੁਭ ਦੁਆਵਾਂ ਨੇ। ਲਓ ਸਾਹਮਣੇ ਗੁਗਲੀ ਦੀ ਪਈ ਹੋਈ ਕਬੱਡੀ ਤੇ ਵਿਦੇਸ਼ੀਆਂ ਵਾਲਾ ਗੱਲ ਕਰਦਾ ਹੋਇਆ, ਲਓ ਧੰਦੀਵਾਲ ਪਿੰਡ ਆ ਕਹਿੰਦੇ ਗੁਗਲੀ ਦਾ, ਇਧਰੋਂ ਕਹਿੰਦੇ ਇੱਕ ਕੰਨੀ ਦੇ ਉੱਤੇ ਬਾਜੂ ਬਾਂਕਿਆਂ ਵਾਲਾ ਲੱਗਿਆ ਹੋਇਆ, ਕਬੱਡੀ ਦਾ ਸਟਾਰ ਆ, ਕੁੱਬਿਆਂ ਦੇ ਟੂਰਨਾਮੈਂਟ ਦਾ ਕਹਿੰਦੇ ਮੋਟਰਸਾਈਕਲ ਦਾ ਜੇਤੂ ਆ, ਨਾਲ ਕਹਿੰਦੇ ਬਿੱਲੇ ਵਰਗੇ ਤੇ ਬਿੱਲੂ ਵਰਗੇ, ਨਾਲ ਕਹਿੰਦੇ ਮੇਰੇ ਵੀਰ ਭੋਲੇ ਵਰਗੇ, ਉਧਰੋਂ ਵੇਖਾਂਗੇ ਦਨਾਲੀ ਕਹਿੰਦੇ ਮੁਕੰਦਪੁਰ ਦਾ ਦੁਨੀਆਂ ਦਾ ਸਟਾਰ, ਉਧਰੋਂ ਬਾਜੂ ਇੱਕ ਕੰਨੀ ਦੇ ਉੱਤੇ ਕਹਿੰਦੇ ਬਾਂਕਿਆਂ ਵਾਲਾ, ਮਾਰੋ ਕਿਰਾਂ ਤਾਰੀ ਦਰਸ਼ਕ ਵੀਰੋ, ਦੁਨੀਆਂ ਦਾ ਅੱਜ ਦੇ ਸਮੇਂ ਦਾ ਕਹਿੰਦੇ ਸਟਾਰ ਆ ਬਾਜੂ ਖੇਡ ਕਬੱਡੀ ਦਾ, ਇਹ ਆ ਕਹਿੰਦੇ ਬਾਜੂ ਬਾਂਕਿਆਂ ਵਾਲਾ ਮੇਰੇ ਵੀਰੋ, ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ, ਅੰਕ ਦਾ ਵਾਅਦਾ ਕਰਦਾ ਹੋਇਆ। ਉਧਰੋਂ ਜੱਸੀ ਜਸਰਾਜ ਜੀ ਪੰਜਾਬ ਦੀ ਕਹਿੰਦੇ ਬਹੁਤ ਸਤਿਕਾਰਯੋਗ ਸ਼ਖਸੀਅਤ ਨੇ, ਸਮਾਜ ਸੇਵੀ ਨੇ, ਸਾਡੇ ਪੰਜਾਬ ਦੀ ਆਉਣ ਵਾਲੀ ਮਾਣਯੋਗ ਸ਼ਖਸੀਅਤ ਦਾ ਧੰਨਵਾਦ ਆ। ਇਧਰੋਂ ਕਹਿੰਦੇ ਰੀਟਾ ਪਿੰਡ ਘਲੋਟੀ ਦਾ ਮੇਰੇ ਵੀਰੋ, ਅੰਕ ਦਾ ਵਾਅਦਾ ਕਰਦਾ ਹੋਇਆ। ਜੱਗੇ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਇਹ ਖਿਡਾਰੀ ਦਾ ਕਹਿੰਦੇ ਧਨੌਲਾ ਰਾਮਸਰ ਵਾਲਾ, ਹਾਂਜੀ ਕਹਿੰਦੇ ਕੌਣ ਹੈ, ਸੋਹਣਾ ਸੁਨੱਖਾ ਜਿਹਾ ਗੱਭਰੂ, ਕਹਿੰਦੇ ਜੱਸੀ ਜਸਰਾਜ ਮੇਰੇ ਵੀਰੋ, ਉਹਗੇ ਸਮਾਜ ਸੇਵਕ ਨੇ ਅੱਜ ਜਿਹਨਾਂ ਨੇ ਪੁੱਜ ਕੇ ਪ੍ਰਬੰਧਕਾਂ ਦਾ ਮਾਣ ਵਧਾਇਆ ਜੱਸੀ ਜਸਰਾਜ ਜੀਆਂ ਦਾ। ਗੁਰਮਰ ਝੱਜ ਜੀ ਨਾਲ ਹੀ ਪੀਟਰ ਬਵਾਣੀ ਓੜੀ ਸਾਡੇ ਵੀਰ ਗੁਰਦੀਪ ਓੜੀ, ਜਿੱਥੇ ਗੁਰਦੀਪ ਸਿੰਘ ਬਵਾਣੀ ਵਾਲੇ ਪੰਜਾਬੀ ਮਾਂ ਬੋਲੀ ਦੇ ਲਈ ਕ੍ਰਿਸ਼ਨ ਤੇ ਮੇਰੇ ਲਈ 500-500 ਰੁਪਏ ਦਾ ਮਾਣ ਦੇ ਰਹੇ ਨੇ, ਉੱਥੇ ਵੱਡੇ ਯੋਗਦਾਨ ਨੇ ਸਾਡੇ ਵੀਰ ਦੇ। ਔਰ ਕੁਝ ਹੀ ਸਮੇਂ ਦੇ ਵਿੱਚ ਜੱਗੀ ਝਨੇਰ ਜੀਵਿੰਦਰ ਸਿੰਘ ਜੀ ਖੁਰਦ ਵਾਲੇ ਉਹ ਸਾਡੇ ਦਰਮਿਆਨ ਪੁੱਜਣਗੇ। ਔਰ ਜਿੱਥੇ ਭਗਵੰਤ ਬਵਾਣੀ ਦੇ ਕੋਚ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਸ਼ੀਰਾ ਬਵਾਣੀ ਵਾਲੇ, ਉਹ ਵੀ ਚੇਚੇ ਤੌਰ ਤੇ ਸਾਡੇ ਦਰਮਿਆਨ ਪੁੱਜ ਚੁੱਕੇ ਨੇ। ਨਾ ਬਿੱਲੂ ਘਲੋਟੀ ਵਾਲਾ ਆਪਣੀ ਟੀਮ ਦੇ ਇਸੇ ਨੰਬਰ ਜੋੜਦਾ ਹੋਇਆ। ਅਗਲਾ ਮੈਚ ਕਿਹੜੀਆਂ ਕਿਹੜੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ, ਮੇਰੀ ਬੇਨਤੀ ਆ ਜਿਹੜੇ ਵੀਰ ਟਾਈਆਂ ਪਾ ਰਹੇ ਨੇ
ਉਹ ਮੇਰੇ ਨਾਲ ਸੰਪਰਕ ਕਰਨ, ਜਲਦੀ ਜਿਹੜੀ ਲਿਸਟ ਆ ਉਹ ਗਰਾਊਂਡ ਦੇ ਵਿੱਚ ਪੁੱਜਦੀ ਕੀਤੀ ਜਾਵੇ ਤਾਂ ਜੋ ਆਪਾਂ ਟੀਮਾਂ ਨੂੰ ਸੱਦਾ ਦੇ ਸਕੀਏ। ਔਰ ਜਸਵੀਰ ਸਿੰਘ ਜੀ ਕੋਸਾਂਵੜਾਂ ਦੀ ਵੱਡੀ ਮਿਹਨਤ ਦੇ ਸਦਕਾ ਕਹਿੰਦੇ ਇਹੋ ਮਾਂ ਮਿੱਟੀ ਇਹੋ ਗਰਾਊਂਡ ਦੇ ਵਿੱਚੋਂ ਕਹਿੰਦੇ ਬਵਾਣੀ ਦਾ ਭਗਵੰਤ ਸਿੰਘ ਤਰਾਸ਼ਿਆ। ਔਰ ਇਧਰਲੇ ਪਾਸੇ ਵੇਖੀਏ ਤਾਂ ਉਹ ਨੌਜਵਾਨ ਸੋਹਣੀ ਟਰਾਈ ਕੀਤੀ ਪਰ ਇਹ ਪੁਆਇੰਟ ਜਿਹੜਾ ਧਨੌਲਾ ਰਾਮਸਰ ਦੀ ਟੀਮ ਦੇ ਸੀ, ਜਿਸ ਤਰ੍ਹਾਂ 1999 ਦੇ ਵਿੱਚ ਕ੍ਰਿਸ਼ਨ ਨੇ ਕਹਿੰਦੇ ਭਵਾਣੀ ਭਵਾਣੀ ਦੇ ਭਗਵੰਤ ਨੇ ਸ਼ੇਰੇ ਪੰਜਾਬ ਅਕੈਡਮੀ ਜੁਆਇਨ ਕੀਤੀ, ਕੁਲਜੀਤ ਖਾਣਕੂ ਹੋਣੀ ਔਰ ਤਕੜੇ ਖੇਡੇ ਮੇਰੇ ਵੀਰਿਓ। ਔਰ ਕਹਿੰਦੇ ਭਗਵੰਤ ਨੇ ਖਾਲਸਾ ਹੈਰੀਟੇਜ ਤੇ 2003 ਮੇਰੇ ਉਹ ਪਲ ਯਾਦ ਨੇ ਜਦੋਂ ਮੈਂ ਦਰਸ਼ਕ ਵੀਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਬੈਠਾ ਸੀ। ਔਰ ਭਗਵੰਤ ਨੇ ਲਾਜਫੇ ਮੇਰੇ ਵੀਰਿਓ ਉਸ ਸਮੇਂ ਦੇ ਵਿੱਚ ਸਿਰਾ ਕੀਤਾ ਸੀ ਖੇਡ ਕਬੱਡੀ ਦਾ। ਔਰ ਪਹਿਲਾ ਜਿਹੜਾ ਜ਼ਿੰਦਗੀ ਦਾ ਔਰ ਖੇਡ ਸਫ਼ਰ ਦਾ ਜਿਹੜਾ ਉਸ ਸਮੇਂ ਦੇ ਵਿੱਚ ਮੋਟਰਸਾਈਕਲ ਜਿੱਤਿਆ ਸੀ ਸੰਨ 2003 27 ਜਨਵਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਦੀ ਗੱਲ ਹੈ। ਫਿਰ ਕਹਿੰਦੇ ਚੱਲ ਸੋ ਚੱਲ ਹੋ ਗਈ ਭਵਾਣੀ ਦਾ ਭਗਵੰਤ ਕਹਿੰਦੇ ਧਰੂ ਤਾਰੇ ਵਾਂਗ ਚਮਕਿਆ। ਯਾਰਾਂ ਦਾ ਯਾਰ ਅੱਜ ਲਾਈਵ ਜੁੜਿਆ ਹੋਇਆ ਨਾ ਉਹ ਸਾਹਮਣੇ ਗੁਗਲੀ ਦੀ ਪਈ ਹੋਈ ਕਬੱਡੀ, ਉਧਰ ਸਾਡੇ ਕਮਲ ਹੋਣੀ ਰਾਮਪੁਰ ਵਾਲੇ ਸਹਿਜ ਹੋਣੀ ਯਾਰਾਂ ਦੇ ਯਾਰ ਤੇਜਿੰਦਰ ਸਿੰਘ ਜੀ ਚਾਚੋੜੀ ਵਿਸ਼ੇਸ਼ ਤੌਰ ਤੇ ਆਨੰਦ ਮਾਣ ਰਹੇ ਹੈ। ਇੱਧਰ ਮੈਦਾਨ ਦੇ ਵਿੱਚ ਨੌਜਵਾਨ ਗੁਗਲੀ ਆਪਣੀ ਟੀਮ ਦੇ ਇਸੇ ਨੰਬਰ ਜੋੜ ਰਹੇ। ਕੋਈ ਦਿਨ ਘੁੰਮ ਲੈ ਸ਼ਹਿਰ ਕਰ ਲੈ ਵੱਗੀ ਵਿੱਚ ਦਵੇਲੇ ਨਹੀਂ ਖੜੀ ਰਹਿਣੀ, ਖਾ ਲਾ ਖਰਚ ਲੈ ਪੁੰਨ ਦਾਨ ਕਰ ਲੈ ਗੋਡੀ ਸਦਾ ਨੀ ਜੰਗ ਤੇ ਚੜੀ ਰਹਿਣੀ, ਆਖਿਰ ਜੀਵਨ ਦੀ ਡੋਰ ਨੇ ਟੁੱਟ ਜਾਣਾ ਜਿੰਦ ਵਿੱਚ ਕਲਬੂਤ ਨਹੀਂ ਅੜੀ ਰਹਿਣੀ। ਮਿੱਤਰੋ ਛੱਡਦੀ ਏ ਮਾੜੀਆਂ ਅਲਾਮਤਾਂ ਦਾ ਖਹਿੜਾ, ਨਿਤਰੀਏ ਖੇਡ ਮੈਦਾਨਾਂ ਵਿੱਚ ਕਿਸੇ ਦੇ ਹੱਥ ਵਿੱਚ ਹਾਕੀ ਹੋਵੇ ਕੋਈ ਖੇਡੇ ਫੁੱਟਬਾਲ। ਪ੍ਰਦੀਪ ਸ਼ਰਮਾ ਜੀ ਸਾਡੇ ਦਰਮਿਆਨ ਜਿੱਥੇ ਕਬੱਡੀ 365.com ਦੇ ਮਾਲਕ ਨੇ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਹੈ। ਕਹਿੰਦੇ ਕਬੱਡੀ 365.com ਦੀ ਮੇਰੇ ਵੀਰੋ ਕਬੱਡੀ ਦੀ ਪ੍ਰਮੋਸ਼ਨ ਦੇ ਲਈ ਵਡਮੁੱਲੀ ਜਿਹੜੀ ਸਹਾਇਤਾ ਵੱਡਾ ਯੋਗਦਾਨ ਆ ਸਾਡੇ ਪ੍ਰਦੀਪ ਬਾਈ ਉਹਨਾਂ ਦਾ, ਉਹ ਵੀ ਵਿਸ਼ੇ ਤੌਰ ਤੇ ਪੁੱਜੇ ਨੇ। ਹਨੀ ਚਾਲ ਕਬੱਡੀ ਵਾਈਫਾਈ ਦੇ ਲਈ ਉਹ ਵੀ ਸਾਡਾ ਵੀਰ ਲਾਈਵ ਅਪਡੇਟ ਕਰ ਰਿਹਾ। ਲਓ ਸਾਹਮਣੇ ਧਨੌਲੇ ਰਾਮਸਰ ਦੀ ਟੀਮ ਦਾ ਖਿਡਾਰੀ ਔਰ ਸਾਹਮਣੇ ਕਲੋਟੀ ਵਾਲਾ ਜਾਫਰੀ, ਇਸ ਵੇਲੇ ਇੱਕੋ ਜਿਹੇ ਸਰੀਰ ਨੇ ਬੱਜੀ ਤੌਲ ਕਲਸੀਆਂ ਤੇ ਕੁਤਬਾ। ਪਹਿਲੇ ਮੈਚ ਦੀਆਂ ਦੋਨੋਂ ਟੀਮਾਂ, ਦੂਜੇ ਰਾਊਂਡ ਦਾ ਇਹ ਮੈਚ, ਕੁਝ ਹੀ ਕਬੱਡੀਆਂ ਬਾਕੀ ਨੇ। ਮੇਰੀ ਬੇਨਤੀ ਆ ਕਲਸੀਆਂ ਤੇ ਕੁਤਬਾ ਇਹ ਦੋਨੋਂ ਟੀਮਾਂ ਬਿਨਾਂ ਦੇਰੀ ਗਰਾਊਂਡ 'ਚ ਆ ਜਾਣ। ਕ੍ਰਿਸ਼ਨ ਕਾਲੇ ਵੱਲੋਂ 500 ਦੇ ਮਾਨ ਲਵਲੀ ਦੇ ਲਈ ਪੁੱਜੇ ਨੇ। ਇਧਰੋਂ ਕਹਿੰਦੇ ਨੌਜਵਾਨ ਰੀਟਾ ਕਲੋਟੀ ਵਾਲਾ 2011 ਦੇ ਵਿੱਚ ਕੈਨੇਡਾ ਖੇਡਿਆ, ਉਧਰੋਂ ਭੀਰੀ ਸਾਡਾ ਵੀਰ ਫਲਾਣ ਵਾਲਾ ਤੇ ਕਾਕੂ ਫਲਾਣ ਵਾਲਾ ਨਾਲ ਪੰਮਾ ਆਸੀ ਤੋਂ ਜੂ ਐਸੇ ਵਾਲਾ ਕਹਿੰਦੇ ਪੁੱਜੇ ਹੋਏ ਨੇ, ਵੀਰਾਂ ਦਾ ਵੱਡਾ ਸਤਿਕਾਰ ਆ। ਉਧਰੋਂ ਗੁਰੀ ਕੈਨੇਡਾ ਵਾਲਾ ਸਾਡਾ ਵੀਰ ਹਰਜੀਤ ਮੰਡੇਰ, ਮੰਡੇਰ ਟਰਾਂਸਪੋਰਟ ਕੈਨੇਡਾ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ, ਉਹ ਵੀ ਕਹਿੰਦੇ ਲਾਈਵ ਜੁੜੇ ਹੋਏ ਨੇ ਕਬੱਡੀ 365.com ਦੇ ਜ਼ਰੀਏ ਨਾਲ ਸਾਡਾ ਵੀਰ। ਉਧਰੋਂ ਕਹਿੰਦੇ ਕੁਲਜੀਤ ਖਾੜਕੂ ਆਸਟ੍ਰੇਲੀਆ ਦੇ ਵਿੱਚ ਬੈਠਾ ਲਾਈਵ ਜੁੜਿਆ ਹੋਇਆ। ਇਧਰੋਂ ਕਹਿੰਦੇ ਨੌਜਵਾਨ ਮੇਰੇ ਵੀਰਿਓ ਲਾਉਂਦਾ ਹੋਇਆ ਜੱਫਾ ਕਲੋਟੀ ਵਾਲਾ ਖੇਡ ਮੈਦਾਨ ਦੇ ਵਿੱਚ। ਇਧਰੋਂ ਕਹਿੰਦੇ ਨੌਜਵਾਨ ਭੋਲੇ ਦਾ ਲੱਗਿਆ ਹੋਇਆ ਜੱਫਾ ਕਲੋਟੀ ਵਾਲਾ ਭੋਲਾ ਕਬੱਡੀ ਦਾ ਸਟਾਰ ਆਉਣ ਵਾਲੇ ਸਮੇਂ ਦਾ। ਇਧਰੋਂ ਕਹਿੰਦੇ ਲਾ ਤਕੜਾ ਜੱਫਾ ਅੰਕ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਪੁਆਇੰਟ ਲਵਲੀ ਜੋੜਦਾ ਹੋਇਆ। ਇਹ ਬੜਾ ਬਿਹਤਰੀਨ ਮੁਕਾਬਲਾ ਖੇਡ ਕਬੱਡੀ ਦਾ। ਲਵੀ ਕ੍ਰਿਸ਼ਨ ਕਹਿੰਦੇ ਇੰਨੀ ਵਧੀਆ ਜਿਹੜੀ ਗਰਾਊਂਡ ਤਿਆਰ ਕੀਤੀ ਹੈ। ਇਸ ਨਗਰ ਦੇ ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਰੂਪ ਸਿੰਘ ਬਵਾਣੀ ਤੇ ਤੇਜਾ ਸਿੰਘ ਜੀ ਬਵਾਣੀ ਉਹਨਾਂ ਨੂੰ
ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵਡਬੋਲੇ ਯੋਗਦਾਨ ਪਾਏ ਨੇ ਇਸ ਗਰਾਊਂਡ ਨੂੰ ਤਿਆਰ ਕਰਨ ਦੇ ਲਈ, ਕਿਉਂਕਿ ਖਿਡਾਰੀ ਨੂੰ ਪਤਾ ਹੁੰਦਾ ਖੇਡ ਮੈਦਾਨ ਕਿਹੋ ਜਿਹੀ ਹੋਣੀ ਚਾਹੀਦੀ ਹੈ। ਨਾ ਸਾਹਮਣੇ ਇਸ ਵੇਲੇ ਘਲੋਟੀ ਵਾਲਾ ਬਿੱਲੂ ਆਪਣੀ ਟੀਮ ਦੇ ਸੇ ਨੰਬਰ ਜੋੜਦਾ ਹੋਇਆ ਆ ਵੀ ਗੁਗਲੀ ਪਾ ਨੌਜਵਾਨਾਂ ਕਬੱਡੀ ਜਥੇਦਾਰ ਚਰਨ ਸਿੰਘ ਜੀ ਸਿਓੜਾ, ਪਰਮਜੀਤ ਸਿੰਘ ਜੀ ਪੰਮਾ, ਅਸੀਂ USA ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਹੈ, ਤੇਜਿੰਦਰ ਸਿੰਘ ਜੀ ਮੋਟੂ ਸਿਓੜਾ ਔਰ ਤਲਵਿੰਦਰ ਸਿੰਘ ਕਬੱਡੀ ਖਿਡਾਰੀ ਸਿਓੜੇ ਤੋਂ ਵਿਸ਼ੇਸ਼ ਤੌਰ ਤੇ ਸਾਡੇ ਵੀਰੇ ਫਲਾਉਣਕਣਾ ਵਾਲੇ ਬਲਵੀਰ ਸਿੰਘ ਜੀ ਬੀਰੀਓੜੀ ਕਾਕੂਹੋਣੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਹੈ। ਨਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਜ਼ੋਰ ਲੱਗਾ ਪਾਓ ਨੌਜਵਾਨਾਂ ਇਹ ਤਾਲ ਵੱਜੀ ਵਾਹ, ਇਹ ਪੁਆਇੰਟ ਗੁਗਲੀ ਆਪਣੀ ਟੀਮ ਦੇ ਸੇ ਜੋੜ ਗਿਆ। ਕਲਸੀਆਂ ਤੇ ਕੋਤਵਾ ਇਹ ਦੋਨੋਂ ਟੀਮਾਂ ਬਿਨਾਂ ਦੇਰੀ ਗਰਾਊਂਡ 'ਚ ਆ ਜਾਣ ਜੀ। ਦੂਜੇ ਰਾਊਂਡ ਦਾ ਪਹਿਲਾ ਮੁਕਾਬਲਾ ਕਲਸੀਆਂ ਤੇ ਕੁਤਬੇ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ। ਜੰਡਸਰ ਸੇਖਾ, ਕਾਲਾ ਮਾਲਾ ਛਾਪਾ, ਹਿੰਮਤਪੁਰਾ ਤੇ ਧਨੌਰੀ, ਥਾਂਦੇ ਵਾਲ ਤੇ ਫੁੱਲੇ ਠੂਲੀ ਵਾਲਾ ਜੀ ਪੰਮੇ ਠੂਲੇ ਵਾਲ, ਥਾਂਦੇ ਵਾਲ ਤੇ ਠੂਲੇ ਵਾਲ, ਢੋਡੇ ਤੇ ਮੋਹੀ, ਜਲਵਾਣਾ ਤੇ ਇਸ ਮੈਚ ਦੀ ਜਿੱਤਣ ਵਾਲੀ ਟੀਮ ਦਾ ਮੈਚ ਜਿਹੜਾ ਜਲਵਾਣੇ ਦੀ ਟੀਮ ਦੇ ਨਾਲ ਖੇਡਿਆ ਜਾਵੇਗਾ। ਹਰਪ੍ਰੀਤ ਸੰਧੂ, ਸਵਰਨ ਸੰਧੂ ਸੰਧੂ ਭਰਾਵਾਂ ਦੀ ਜੋੜੀ ਜਿਹੜੀ ਖੇਡ ਕਬੱਡੀ ਦੀ ਕਮੈਂਟਰੀ ਦੇ ਵਿੱਚ ਪ੍ਰਸਿੱਧ ਹੈ, ਔਰ ਉਹ ਵੀ ਸਾਡੇ ਵੀਰ ਅੱਜ ਆਪਣੀ ਭਰਮੀ ਹਾਜ਼ਰੀ ਲਵਾ ਰਹੇ ਨੇ। ਕ੍ਰਿਸ਼ਨ ਓਮ ਦਾ ਗੋਰੇ ਦਾ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਨਾ ਇਹ ਮੈਚ ਸਮਾਪਤ ਆ, ਘਲੋਟੀ ਦੀ ਟੀਮ ਜੇਤੂ ਆ ਜੀ, ਮਨਜੀਤ ਜੀ ਮਨਜੀ ਘਲੋਟੀ ਦੀ ਟੀਮ ਇਸ ਮੈਚ ਦੀ ਜੇਤੂ ਆ। ਘਲੋਟੀ ਦਾ ਮੈਚ ਜਲਵਾਣੇ ਦੀ ਟੀਮ ਦੇ ਨਾਲ ਖੇਡਿਆ ਜਾਵੇਗਾ। ਕਲਸੀਆਂ ਤੇ ਕੋਤਵਾ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ, ਮੈਚ ਸਮਾਪਤ ਹੋ ਚੁੱਕਾ, ਗਰਾਊਂਡ ਖਾਲੀ ਆ। ਦੋਨੋਂ ਟੀਮਾਂ ਕਲਸੀਆਂ ਤੇ ਥੋੜੀ ਪ੍ਰਬੰਧਕਾਂ ਦਾ ਹੁਕਮ ਹੈ, ਚਾਹੇ ਇਹਨੂੰ ਮਜਬੂਰੀ ਸਮਝ ਲਿਓ, ਸਾਥ ਦੇਣਾ ਸਾਡੀ ਡਿਊਟੀ ਦੇਣਾ ਫਰਜ਼ ਹੈ। ਹਾਂਜੀ, ਮੇਰੀ ਬੇਨਤੀ ਆ ਪੰਮੇ ਕਿਹੜਾ ਮੈਚ ਕਰਾਉਣਾ, ਢੋਡੇ ਤੇ ਮੋਹੀ, ਢੋਡੇ ਤੇ ਮੋਹੀ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਅਰਜੋਤ ਜੀ ਢੋਡੇ ਤੇ ਮੋਹੀ ਦੀਆਂ ਟੀਮਾਂ ਦਾ ਕਹਿੰਦੇ ਪਹਿਲਾ ਮੁਕਾਬਲਾ ਖੇਡਿਆ ਜਾਣਾ, ਆਪਦੇ ਟੂਰਨਾਮੈਂਟ ਦਾ ਸਾਈਕਲ ਆਉਣ ਦਾ ਫਸਟ ਮੁਕਾਬਲਾ ਆਉਣਾ ਕਬੱਡੀ ਓਪਨ ਦਾ। ਦੁਨੀਆਂ ਦੇ ਕਹਿੰਦੇ ਸਟਾਰ ਪੁੱਜੇ ਹੋਏ ਨੇ ਆਪਦੇ ਟੂਰਨਾਮੈਂਟ ਦੇ ਉੱਤੇ ਖੇਡ ਕਬੱਡੀ ਦੇ ਵਿੱਚ। ਮੋਟਰਸਾਈਕਲ ਕੌਣ ਜਿੱਤਦਾ ਇਹ ਗੱਲ ਸਮੇਂ ਦੀ ਹੋਣੀ ਹੈ। ਕਾਲੇ ਵੀਰ ਵੱਲੋਂ 500 ਰੁਪਇਆ ਸਾਡੇ ਵੀਰ ਦੇ ਲਈ ਪੁੱਜਿਆ ਕੀਤਾ, ਬਹੁਤ ਬਹੁਤ ਧੰਨਵਾਦ ਹੈ। ਲਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਮੈਚ ਢੋਡੇ ਤੇ ਮੋਹੀ ਦੀਆਂ ਟੀਮਾਂ ਜਲਦੀ ਦੇ ਨਾਲ ਬਿਨਾਂ ਕਿਸੇ ਦੇਰੀ ਤੋਂ ਗਰਾਊਂਡ ਦੇ ਵਿੱਚ ਪੁੱਜਣ। ਪੀਟਰ ਪ੍ਰਧਾਨ ਜੀ ਉਹਨਾਂ ਦੀ ਸਮੁੱਚੀ ਸਪੋਰਟਸ ਕਲੱਬ ਦਾ ਆਪਾਂ ਧੰਨਵਾਦ ਕਰਦੇ ਹਾਂ। ਜਿੱਥੇ ਖਣੀ ਝੱਜ ਹੋਣੀ ਕਹਿੰਦੇ ਅੱਜ ਚਾ ਨਹੀਂ ਚੱਕਿਆ ਜਾ ਰਿਹਾ, ਤੇ ਰਮਨ ਝੱਜ ਹੋਣੀ ਅਮਰਿੰਦਰ ਹੋਣੀ ਸਾਡੇ ਵੀਰ ਸਾਰੀ ਸਪੋਰਟਸ ਕਲੱਬ ਦਾ ਵੱਡਾ ਧੰਨਵਾਦ ਆ। ਸਟੇਜ ਦੇ ਉੱਤੇ ਪੁੱਜੀਆਂ ਹੋਈਆਂ ਸਾਰੀਆਂ ਸਤਿਕਾਰਯੋਗ ਮਾਣਯੋਗ ਸ਼ਖਸੀਅਤਾਂ ਦਾ ਧੰਨਵਾਦ। ਅੱਜ ਦੇ ਇਸ ਕਬੱਡੀ ਟੂਰਨਾਮੈਂਟ ਦੇ ਉੱਤੇ ਢੋਡੇ ਤੇ ਮੋਹੀ ਦਾ ਪਹਿਲਾ ਮੈਚ ਸਾਈਕਲ ਰਾਉਣ ਦਾ, ਹਨੀ ਚਹਿਲ ਕਬੱਡੀ ਵਾਈਫਾਈ ਤੋਂ ਸਾਡੇ ਵੀਰ ਨਵੇਂ ਪਿੰਡ ਵਾਲੇ ਨਾਲ ਮੇਜਰ ਹੋਣੀ ਟੋਨੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮੇਰੀ ਬੇਨਤੀ ਆ ਪ੍ਰਬੰਧਕਾਂ ਦਾ ਹੁਕਮ ਆ ਵੀ ਢੋਡੇ ਤੇ ਮੋਹੀ ਦਾ ਜਿਹੜਾ ਪਹਿਲਾ ਮੈਚ ਹੋਵੇਗਾ, ਪ੍ਰਬੰਧਕਾਂ ਦਾ ਹੁਕਮ ਸਿਰ ਮੱਥੇ ਅਸੀਂ ਮੰਨ ਰਹੇ ਹਾਂ। ਬੇਨਤੀ ਆ ਖਿਡਾਰੀਆਂ ਨੂੰ ਢੋਡੇ ਤੇ ਮੋਹੀ ਦੋਨੋਂ ਟੀਮਾਂ ਦੇ ਖਿਡਾਰੀ ਜਿੱਥੇ ਮੇਰੀ ਆਵਾਜ਼ ਨੂੰ ਸੁਣਦੇ ਨੇ
ਜਲਦੀ ਨਾਲ ਦੋਨੋਂ ਟੀਮਾਂ ਗਰਾਊਂਡ 'ਚ ਰਿਪੋਰਟ ਕਰਨ ਜੀ। ਗਰਾਊਂਡ ਖਾਲੀ ਆ। ਦੂਜੇ ਰਾਊਂਡ ਦਾ ਪਹਿਲਾ ਮੁਕਾਬਲਾ ਟੋਡੇ ਤੇ ਮੋਹੀ ਆਲ ਲੱਕੀ ਡਰਾਂ ਦੇ ਵਿੱਚ ਸਾਈਕਲ ਤੇ ਦੋ ਮੋਬਾਈਲ 20 ਰੁਪਏ ਦੀ ਪਰਚੀ, ਜਿਨ੍ਹਾਂ ਨੇ ਪਰਚੀ ਕਟਵਾਉਣੀ ਹੋਵੇ ਉਹ ਕਟਵਾ ਸਕਦੇ ਨੇ। ਟੋਡੇ ਤੇ ਮੋਹੀ ਦੀਆਂ ਟੀਮਾਂ ਨੂੰ 1 ਮਿੰਟ ਦਾ ਸਮਾਂ। ਟੋਡੇ ਤੇ ਮੋਹੀ ਦੀਆਂ ਟੀਮਾਂ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਣ। ਟੋਡੇ ਪਿੰਡ ਤੇ ਮੋਹੀ, ਟੋਡੇ ਪਿੰਡ ਇਸ ਇਲਾਕੇ ਦੀ ਟੀਮ ਆ, ਮੋਹੀ ਜੋਧਾਂ ਦਾ ਏਰੀਆ, ਦੁਨੀਆਂ ਦੇ ਪ੍ਰਸਿੱਧ ਖਿਡਾਰੀਆਂ ਦੀ ਗੱਲ ਆ। ਹਾਂਜੀ, ਮੈਂ ਬੋਲਦਾ।